ਫੌਜੀ ਤੇ ਭੱਜ ਰਹਾ ਓਏ ਆ ਕੀ ਹੋਇਆ ਅੱਧੀ ਛੁੱਟੀ ਸਾਰੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਰਾੜਵਾਲਾ ਜੋ ਕਿ ਪੈਂਦਾ ਡਿਸਟ੍ਰਿਕਟ ਬਠਿੰਡਾ ਬਠਿੰਡੇ ਆਏ ਸਾਈਡ 'ਤੇ ਆਏ ਹੋਏ ਜੀ ਅਸੀਂ ਅੱਜ ਰੌਣਕਾਂ ਲਾਵਾਂਗੇ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਕਿਹੜਾ ਆਊਗਾ ਹਾਂਜੀ ਆ ਜਾਓ ਵੀਰੇ ਜ਼ੋਰਦਾਰ ਤਾੜੀ ਇਸ ਬੱਚੇ ਲਈ ਸਭ ਤੋਂ ਪਹਿਲਾਂ ਆਉਣ ਲਈ ਹਾਂਜੀ ਵੀਰੇ ਕੀ ਨਾਮ ਹੈ ਨਰਿੰਦਰਪਾਲ ਸਿੰਘ ਜੀ ਕੀ ਨਾਮ ਹੈ ਨਰਿੰਦਰਪਾਲ ਸਿੰਘ ਜੀ ਨਰਿੰਦਰਪਾਲ ਸਿੰਘ ਕਿਹੜੀ ਕਲਾਸ 'ਚ ਪੜ੍ਹਦੇ ਹੋ ਮੈਂ 10th ਬੀ 'ਚ ਹੈ 10th ਫਿਰ 10th ਵੀ ਪਿੱਛੇ ਕਦੋਂ ਗਈ ਜਾਂਦੀ ਅੱਗੇ ਇਹ 10th ਬੀ ਤੋਂ ਪਿੱਛੇ 9th ਬੀ ਨੂੰ ਜਾਣ ਨੂੰ ਕਰਦਾ ਹਾਂਜੀ ਕੀ ਸੁਣਾਉਂਗੇ ਮੈਂ ਮਿਰਜ਼ਾ ਸੌਂਗ ਸੁਣਾਉਂਗੀ ਮਿਰਜ਼ਾ ਸੌਂਗ ਕਿਆ ਬਾਤ ਆ ਜੀ ਫੋਕ ਟੱਚ ਹਾਂਜੀ ਆਉਣ ਦੋ ਪਿਆਰਾ ਹੈ ਗਿਫਟ ਕਿਉਂਕਿ ਪੰਜਾਬ ਦੇ ਲੋਕ ਗੀਤ ਗਾਉਣਾ ਕੋਈ ਸੌਖੀ ਗੱਲ ਥੋੜ੍ਹੀ ਹੈ ਹਾਂਜੀ ਥੈਂਕ ਯੂ ਬੇਟਾ ਹਾਂਜੀ ਇਸ ਤੋਂ ਬਾਅਦ ਕੀ ਨਾਮ ਹੈ ਜੀ ਸਰ ਜੇਡਨ ਕੀ ਨਾਮ ਹੈ ਸਰ ਜੇਡਨ ਸਰ ਜੇਡਨ 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 ਨਾ ਹੋਵੇ ਫਿਰ ਆਪਾਂ ਨੇ ਕਹਿੰਦੇ ਜੇ ਡਨ ਹੋ ਗਿਆ ਫਿਰ ਆਪਾਂ ਐਂ ਕਰ ਲਾਂਗੇ ਜੇ ਡਨ ਨਹੀਂ ਹੋਇਆ ਫਿਰ ਕੀ ਕਰਾਂਗੇ ਕਿਹੜੀ ਕਲਾਸ 'ਚ ਪੜ੍ਹਦੇ ਹੋ ਸਰ 7th ਅੱਛਾ ਇੱਕ ਟੰਗ ਟਵਿਸਟਰ ਬੋਲ ਕੇ ਦਿਖਾਓਗੇ ਮੈਂ ਕੁਛ ਸ਼ਬਦ ਬੋਲੂੰਗਾ ਤੁਸੀਂ ਪਿੱਛੇ ਪਿੱਛੇ ਬੋਲੋਗੇ ਐਂ ਬੋਲੋ ਕਿ ਬੱਕਰਾ ਮੱਕੜਾ ਬਾਲਟੀ ਬੱਕਰਾ ਮੱਕੜਾ ਬਾਲਟੀ ਬੱਕਰਾ ਮੱਕੜਾ ਬਾਲਟੀ ਬੱਕਰਾ ਮੱਕੜਾ ਮੱਕੜਾ ਹਾਂ ਫਾਸਟ ਫਾਸਟ ਬੋਲ 5 ਵਾਰੀ ਬੱਕੜਾ ਮੱਕੜਾ ਬਾਲਟੀ ਬੱਕੜਾ ਮੱਕੜਾ ਬਾਲਟੀ ਬੱਕਰਾ ਬੱਕਰਾ ਮੱਕੜਾ ਬਾਲਟੀ ਬੱਕਰਾ ਮੱਕੜਾ ਬਾਲਟੀ ਬੱਕੜਾ 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 ਬੜਾ ਬੜਾ ਆਉਣ ਦੇ ਆਉਣ ਦੇ ਆਉਣ ਦੇ ਆਊਗਾ ਬੱਕਰਾ ਬੱਕੜੇ ਚੱਲ ਤਾਂ ਇੱਕ ਵਾਰੀ ਹੋਰ ਬੱਕਰਾ ਬੱਕਰਾ ਮੱਕੜਾ ਬਾਲਟੀ ਚਲ ਕੋਈ ਨਹੀਂ ਇਹ ਤਾਂ ਦਰਦ ਕਿੰਨਾ ਬਾਤ ਕਰੀ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਆਓਗੇ ਹੈ ਆ ਜਾਓ ਆ ਜਾਓ ਆ ਜਾਓ ਬੇਟੇ ਕੀ ਨਾਮ ਹੈ ਪ੍ਰਭਜੋਤ ਕੌਰ ਅੱਛਾ ਪ੍ਰਭਜੋਤ ਕੌਰ ਫਾਦਰ ਨੇਮ ਗੁਰਮੀਤ ਸਿੰਘ ਕਲਾਸ 6ਵੀਂ ਐਡਰੈਸ ਐਡਰੈਸ ਸਿੰਗਰ ਵੈਰੀ ਗੁੱਡ ਬੇਟੇ ਕਿਹੜੀ ਕਲਾਸ 'ਚ ਪੜ੍ਹਦੇ ਹੋ 6th ਬੀ ਕਿਹੜੀ ਕਲਾਸ 'ਚ ਪੜ੍ਹਦੇ ਹੋ 6th ਬੀ ਪਿਛਲੇ ਸਾਲ ਕਿਹੜੀ ਕਲਾਸ 'ਚ ਸੀ 5th ਬੀ ਪਿਛਲੇ ਸਾਲ ਉਦੋਂ 4th ਬੀ ਅੱਛਾ ਅਗਲੇ ਸਾਲ ਕਿਹੜੀ ਕਲਾਸ 'ਚ ਹੋਗੇ ਅਗਲੇ ਸਾਲ ਸਰ 6th ਬੀ ਨਹੀਂ 6th ਬੀ ਤਾਂ ਇਸ ਸਾਲੋਂ ਮਤਲਬ ਅਗਲੇ ਸਾਲ ਫੇਲ ਹੋਗੇ ਰੋਟੀ ਪਕਾਓ ਤੁਸੀਂ ਦੱਸੀ ਚੱਲੋ ਕੀ ਹੈ ਆਟਾ ਓਏ ਪੱਥਰ ਇਹ ਚੱਲ ਆਟਾ ਚਿੱਟਾ ਹੀ ਹੁੰਦਾ ਕੋਈ ਨੀ ਹੋਰ ਉਹਨੂੰ ਗੁੰਨ ਲਓ ਪਾਣੀ ਨਾਲ ਗੁੰਨੋ ਵੀ ਗੁੰਨੀ ਚੱਲ ਨਾਲ ਨਾਲ ਆਏ 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 ਦੇਖੀ ਆਟੇ ਨੂੰ ਕੁਛ ਹੋ ਨਾ ਜਾਵੇ ਹਾਂ ਹਾਂ ਅੱਗੇ ਆਟਾ ਗੁੰਨ ਲਿਆ ਫਿਰ ਪੇੜੇ ਕਰ ਲਓ ਕਰੋ ਫਿਰ ਪੇੜੇ
ਦੇਖੀ ਚਲੋ ਬਾਈ ਸਾਰੇ ਜਿਹਨਾਂ ਨੂੰ ਰੋਟੀ ਨਹੀਂ ਪਕਾਉਣੀ ਹੁੰਦੀ ਸਿੱਖਿਓ ਤੋਂ। ਹਾਂਜੀ ਹਾਂ ਫਿਰ ਉਹਨੂੰ ਹੈ ਨਾ ਕਿੰਨੂ ਜੇ ਕਰ ਲਓ ਉਹਦੇ ਕਿੰਨੂ ਜੇ ਕਰ ਲਓ ਗੋਲ ਗੋਲ ਜੇ। ਅੱਛਾ ਹੋ ਗਏ ਫਿਰ ਚਕਲੇ ਤੇ ਰੱਖ ਕੇ ਉੱਤੇ ਬੇਲਣਾ ਫਿਰ ਦੋ ਸਮਾਰ ਕੇ ਫਿਰ ਬੇਲਣਾ ਗੋਲ ਹੋਣੀ ਰੋਟੀ ਸਾਰੀ ਇੱਧਰੋਂ ਰਹਿ ਗਈ। ਰੋਟੀਆਂ ਪਕਾਈ ਚਲੋ ਨਾ ਰੋਟੀ ਉਹ ਪੱਕ ਗਈ ਖਾ ਲਈਏ ਖਾ ਲੋ ਮੈਂ ਚੱਲ ਬਾਅਦ ਚ ਖਾਊਂਗਾ ਠੀਕ ਹੈ ਓਕੇ ਥੈਂਕ ਯੂ ਬੇਟਾ। ਸੋ ਬੱਚੇ ਨੇ ਬਹੁਤ ਸੋਹਣੀ ਪਿਆਰੀ ਗੱਲਬਾਤ ਕੀਤੀ ਜੀ ਸੋ ਥੈਂਕ ਯੂ ਬੇਟਾ। ਓਹੋ ਮਿਲ ਤਾਂ ਜਾ ਇੱਧਰ ਉਹ ਆ ਜਾ ਚਲੋ ਜੀ ਇਸ ਬੱਚੇ ਨੂੰ ਵੀ ਮਿਲਦਾ ਪਿਓਰ ਰੂਟਸ ਵੱਲੋਂ ਇੱਕ ਪਿਆਰਾ ਹੈ ਗਿਫਟ ਕਿਉਂਕਿ ਬੱਚੇ ਨੇ ਬਹੁਤ ਸੋਹਣੀ ਐਕਟਿੰਗ ਕਰਕੇ ਦਿਖਾਈ ਸਾਨੂੰ ਰੋਟੀ ਦੱਸੀ ਕਿਵੇਂ ਰੋਟੀ ਪੱਕ ਜਾਂਦੀ ਹੈ ਅੱਧੇ ਜਵਾਕ ਹੁਣ ਤਾਂ ਪਤਾ ਨਹੀਂ ਰੋਟੀ ਕਿਵੇਂ ਪੱਕਦੀ ਹੈ ਆਹ ਲੱਗਦਾ ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਇਸ ਤੋਂ ਬਾਅਦ ਹਾਂਜੀ ਬੇਟੇ ਤੁਸੀਂ ਆ ਜਾਓ ਕਲੈਪਿੰਗ ਕਰਿਆ ਕਰੋ ਬੱਚਿਆ। ਹਾਂਜੀ 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 ਬੇਟਾ ਕੀ ਨਾਮ ਹੈ? ਲਵਲੀਨ ਕੌਰ। ਕੀ ਕਰਕੇ ਦਿਖਾਓਗੇ? ਸ਼ਬਦ ਕਰੋਗੇ ਸਾਰੇ ਜਣੇ ਚਲੋ ਹੋ ਜਾਓ ਸ਼ੁਰੂ। ਦਰਸ਼ਨ ਤੇਰਾ ਰਾਮ ਦੇਖਾ ਦਰਸ਼ਨ ਤੇਰਾ ਰਾਮ ਆਵੋ ਸਜਣਾ ਹਾਂ ਓ ਦੇਖਾ ਦਰਸ਼ਨ ਤੇਰਾ ਰਾਮ ਦੇਖਾ ਦਰਸ਼ਨ ਤੇਰਾ ਰਾਮ ਆਵੋ ਸਜਣਾ ਤੇ ਆਪਣੇ ਖੜੀ ਤਕਾਰ ਕਰ ਆਪਣੇ ਦਰਸ਼ਨ ਤੇਰਾ ਰਾਮ ਦੇਖਾ ਦਰਸ਼ਨ ਤੇਰਾ ਰਾਮ ਆਵੋ ਸਜਣਾ ਓ ਸਜਣਾ ਓ ਦੇਖਾ ਦਰਸ਼ਨ ਤੇਰਾ ਰਾਮ ਦੇਖਾ ਦਰਸ਼ਨ ਤੇਰਾ ਰਾਮ ਦੇਖਾ ਦਰਸ਼ਨ ਤੇਰਾ ਰਾਮ ਦੇਖਾ ਦਰਸ਼ਨ ਤੇਰਾ ਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਸੋ ਮਚ। ਸੋ ਬੱਚਿਆਂ ਨੇ ਛੋਟੇ ਛੋਟੇ ਬੱਚਿਆਂ ਨੇ ਕਿੰਨਾ ਸੋਹਣਾ ਪਿਆਰਾ ਸ਼ਬਦ ਸੁਣਾਇਆ। ਸੋ ਬੇਟਾ ਥੈਂਕ ਯੂ ਥੈਂਕ ਯੂ ਤੂੰ ਵੱਡੀ ਹੋਏ ਥੋੜ੍ਹੀ ਜੀ ਓਕੇ ਬੇਟਾ ਥੈਂਕ ਯੂ। ਸੋ ਇਸ ਤੋਂ ਬਾਅਦ ਆਊਗਾ ਪਿੱਛੇ ਤੋਂ ਗਿਆ ਡਰਦਾ ਕਿਉਂ ਹੈ? ਕੀ ਨਾਮ ਹੈ? ਪ੍ਰਨੀਤ ਸਿੰਘ ਕਿਵੇਂ? ਛੋਟੇ ਹੁੰਦੇ ਤੇ ਪਾਈ ਵੀ ਹੈ ਜੀ ਛੋਟੇ ਹੁੰਦੇ ਤੋਂ ਕਿੱਧਰ ਕਿਹੜੀ ਇਹ ਲੱਗਦੀ ਹੈ ਜਿਵੇਂ ਹੁਣ ਜੀ ਪਾਈ ਵੀ ਨਾ ਨਾ ਜੀ ਕਿਵੇਂ ਸ਼ੌਂਕੀ ਆ? ਸ਼ੌਂਕ ਨਹੀਂ ਜੀ ਕਾਨੀਆਂ ਦੁਖਦਾ ਜੀ ਉਹ ਕਿਹੜੀ ਫਰਿੱਜੇ ਰੱਖੇ ਤੋਂ ਗਰਮ ਨਹੀਂ ਹੁੰਦੀ? ਹਾਂ ਹੁਣ ਦੇਖੋ ਜੀ ਉਹਦਾ ਜ਼ੋਰ ਲਾ ਦਿਮਾਗ ਦਾ ਇਹੋ ਜਿਹੀ ਕਿਹੜੀ ਚੀਜ਼ ਜਿਹੜੀ ਫਰਿੱਜ 'ਚ ਰੱਖੇ 'ਚ ਵੀ ਗਰਮ ਨਹੀਂ ਹੁੰਦੀ? ਬਰਫ ਬਰਫੀ ਬਰਫੀ ਬਰਫ ਅੱਛਾ ਬਰਫ ਗਰਮ ਨਹੀਂ ਹੁੰਦੀ ਨਹੀਂ ਬਰਫ ਉਹ ਫਰਿੱਜ 'ਚ ਰੱਖੀ 'ਚ ਠੰਡੀ ਨਹੀਂ ਹੁੰਦੀ ਹੈਗੀ ਉਹ ਗਰਮ ਹੀ ਰਹਿੰਦੀ ਹੈ ਗਰਮ ਮਸਾਲਾ ਜੀ ਹੈਂ ਗਰਮ ਉਹ ਤਾਂ ਮਸਾਲਾ ਹੋਰ ਚੀਜ਼ ਜੇ ਅਗਰ ਰੱਖ ਦੇਗਾ ਫਰਿੱਜ 'ਚ ਹਾਂ ਜੀ ਫਿਰ ਕੀ ਹੋਊਗਾ? ਮਚਾ ਦੂ ਜੀ ਫਰਿੱਜ ਨੂੰ ਮਚਾ ਦੂ ਕੋਲਾ ਪਰ ਤੁਸੀਂ ਕਿਤੇ ਨੀ ਜਾਣਾ ਆਪਾਂ ਮਿਲਦੇ ਇੱਕ ਛੋਟੀ ਜੀ
ਸੋਹਣੇ ਨਜ਼ਾਰਾ ਲਾਉਣ ਲਈ ਸਕੂਲ ਦੇ ਵਿੱਚ ਫਿਰ ਤੋਂ ਆ ਗਏ ਚੁੱਕੇ ਹਾਂ ਜੀ, ਕਿਉਂਕਿ ਆਪਣੇ ਸ਼ੋਅ ਦਾ ਨਾਮ ਹੈ ਅੱਧੀ ਛੁੱਟੀ ਸਾਰੀ। ਕੀ ਨਾਮ ਹੈ? ਦੀਕਸ਼ਾਂਤ। ਅੱਛਾ, ਕਿਹੜੀ ਕਲਾਸ 'ਚ? ਦਸਵੀਂ 'ਚ। ਕਿੰਨੇ ਪਰੌਂਠੇ ਖਾਧੇ? ਦੋ। ਕਦੋਂ? ਸਵੇਰੇ। ਕੱਲ੍ਹ ਕੀ ਖਾਧਾ? ਕੱਲ੍ਹ ਰੋਟੀ ਖਾਧੀ। ਕਿੰਨੀ? ਯਾਦ ਨਹੀਂ। ਚੱਲ ਕੋਈ ਨਹੀਂ, ਕੀ ਕਰਕੇ ਖਾਏਗਾ? ਐਕਟਿੰਗ ਕਰੂੰ। ਕਾਹਦੀ? ਸਕੂਲ ਦੇ ਟੀਚਰ ਦੀ। ਤੂੰ ਕੁੱਟ ਖਾ ਲਏਗਾ? ਕੋਈ ਨਾ। ਹੈ? ਕੋਈ ਨਾ। ਉਹਨਾਂ ਰੋਜ਼ ਪੈ ਰੋਜ਼ੇ ਪੈਂਦੇ ਨੇ, ਕੋਈ ਚੱਕਰ ਨਹੀਂ ਪੈ ਜਾਂਦਾ। ਚੱਲ ਕੋਈ ਨਹੀਂ, ਦੇਖਦੇ ਹਾਂ। ਆਪਦੀ ਜ਼ਿੰਮੇਵਾਰੀ ਤਾਂ ਕਰ ਰਹੇ ਹੈ। ਲਓ ਜੀ, ਜਿਹੜੇ ਵੀ ਟੀਚਰ ਸੀ ਕਰੂਗਾ ਉਹ ਆਪਦੀ ਜ਼ਿੰਮੇਵਾਰੀ ਆਪ ਲੈ ਰਹੇ ਜੀ ਇਹ। ਹਾਂਜੀ, ਕਰੋ ਮਾਈਕ ਉੱਪਰ। ਮੈਂ ਤਾਂ ਨਗ ਜਾਣਾ ਤੇਰੇ ਪੈਣੀ ਆ। ਚੱਲ ਬੋਲ। ਸਾਡੇ ਸਕੂਲ 'ਚ ਵਿਜੇ ਸਰ, ਉਹਨਾਂ ਦੀ ਐਕਟਿੰਗ ਕਰੂੰ। ਉਹ ਦੀਕਸ਼ਾਂਤ, ਡਾਇਗ੍ਰਾਮ ਬਣਾਇਆ, ਲਿਮਿਟ 'ਚ ਰਿਹਾ ਕਰੋ, ਥੋੜ੍ਹਾ ਜਿਹਾ ਪੜ੍ਹਿਆ ਕਰੋ। ਠੀਕ ਆ, ਨਾ ਨਾ ਮਾਰਦਾ ਨਹੀਂ, ਬਸ ਲਿਮਿਟ 'ਚ ਰਿਹਾ ਕਰੋ, ਡਾਇਗ੍ਰਾਮ ਬਣਾਇਆ। ਚਲੋ ਪੜ੍ਹੋ। ਕਰਦੇ ਨੇ ਵੇ, ਜੇ ਕਰ ਦਿੰਦਾ ਫਿਰ ਰੌਲਾ ਪਾ ਕੇ ਦੱਸੋ ਨਾ। ਓਕੇ ਓਕੇ, ਹੋਰ ਕੀ ਕਰੇਗਾ? ਅੰਜਨਾ ਮੈਡਮ ਦੀ। ਕਿਹਦੀ? ਅੰਜਨਾ ਮੈਮ ਦੀ। ਲਓ ਜੀ, ਅੰਜਨਾ ਮੈਡਮ ਆ ਗਏ। ਹਾਂਜੀ, ਕਿਸੇ ਨੂੰ ਨਾਲ ਬੁਲਾਉਣਾ ਚਾਹੀਦਾ? ਨਾਲ ਬੁਲਾਉਣਾ ਪਊ। ਕਿਹਨੂੰ ਬੁਲਾਈਏ? ਲਾਲਾ ਨੂੰ ਵੀ ਬੁਲਾ ਲਓ। ਆਜੋ ਆਜੋ ਆਜੋ। ਹਾਂਜੀ, ਆ ਗਿਆ, ਆ ਫੜ ਲੈਂਦਾ ਆਪਣੇ। ਇਹ ਗੱਲ ਸੁਣ ਮੜੀ ਬਾਈ ਜੀ, ਇਹ ਡਫਰ ਪੜ੍ਹਤੇ ਨਹੀਂ ਹੋ, ਸਾਰਾ ਦਿਨ ਬਦਮਾਸ਼ੀ ਕਰਤੇ ਰਹਤੇ ਹੋ, ਪੜਾ ਕਰੋ। ਕਿਵੇਂ ਜੀ? ਸੌਰੀ। ਹਾਂ ਸੌਰੀ ਕਹਿ ਰਹੇ ਮੈਡਮ ਜੀ। ਚਲੋ ਕਲਾਸ ਕੇ ਬਾਹਰ ਚਲੋ ਜਾਓ, ਬਾਤ ਨਹੀਂ ਮਾਨਤੇ ਹੋ ਤੁਮ। ਮੇਰੀ ਕਿਹੜਾ ਖਾਤੀ ਹੈ ਜੀ? ਚਲੋ ਬਾਹਰ ਚਲੋ ਜਾਓ, ਵਿਰਾਟ ਸਰ ਕੋ ਬੁਲਾ ਕੇ ਲਾਓ। ਥੈਂਕ ਯੂ ਥੈਂਕ ਯੂ। ਅਤੇ ਹੁਣ ਰੰਜਨਾ ਮੈਡਮ ਤੋਂ ਤੂੰ ਬਚੀ ਮਾੜਾ ਜਿਹਾ, ਠੀਕ ਹੈ ਜੀ? ਮੈਡਮ ਜੀ ਦਿਓ ਜੀ ਪ੍ਰਸ਼ਾਦ ਬਾਅਦ 'ਚ ਇਹਨੂੰ ਵੀ। ਓਕੇ ਥੈਂਕ ਯੂ ਵੀਰੇ, ਥੈਂਕ ਯੂ ਥੈਂਕ ਯੂ ਥੈਂਕ ਯੂ। ਕਿਹੜੀ ਕਲਾਸ ਪੜ੍ਹਦੇ ਵੀਰੇ? 9th B। 9th B, ਕਿੱਥੋਂ ਆਉਣੇ ਹੋ? ਸ਼ੇਰ ਬਰਾਦ। ਅੱਛਾ ਅੱਛਾ ਅੱਛਾ। ਡਰੈਸ ਇਹ? ਹਾਊਸ ਡਰੈਸ। ਹਾਊਸ ਡਰੈਸ ਕਿਹੜੇ ਹਾਊਸ ਦੀ ਹੈ? ਗ੍ਰੀਨ ਹਾਊਸ ਦੀ। ਗ੍ਰੀਨ ਹਾਊਸ ਦੀ, ਕੀ ਕਰਕੇ ਦਿਖਾਓਗੇ? ਰੂਬਿਕਸ ਕਿਊਬ ਸੋਲਵ ਕਰਾਂਗੇ। ਅੱਛਾ, ਲੈ ਕੇ ਆਓ ਆਪਦੀ, ਕਿਆ ਬਾਤ ਹੈ ਜੀ, ਕਿਊਬ ਸੋਲਵ ਕਰੋਗੇ? ਸੋ ਸਭ ਤੋਂ ਔਖਾ ਕੰਮ ਹੁੰਦਾ ਜੀ, ਮੈਂ ਬਹੁਤ ਕੋਸ਼ਿਸ਼ ਕੀਤੀ, ਮੇਰੇ ਤੋਂ ਕਦੇ ਹੋਇਆ ਨਹੀਂ, ਪਰ ਦੇਖਦੇ ਹਾਂ ਵੀਰੇ। ਹਾਂਜੀ ਵੀਰੇ, ਹਲੋ, ਕਿੰਨੇ ਟਾਈਮ 'ਚ ਕਰੋਗੇ? ਬਸ 2 ਮਿੰਟ 'ਚ ਕਰ ਦਾਂਗੇ। 2 ਮਿੰਟ 'ਚ? ਚਲੋ ਠੀਕ ਹੈ ਵੀ, 2 ਮਿੰਟ 'ਚ ਮੁੰਡਾ ਸੋਲਵ ਕਰੂਗਾ ਕੋਈ। ਹਾਂਜੀ, ਰੈਡੀ, 1 2 3 ਸਟਾਰਟ। ਹਾਂਜੀ, ਥੈਂਕ ਯੂ ਵੀਰੇ, ਜ਼ੋਰਦਾਰ ਤਾੜੀਆਂ ਵੀਰੇ ਲਈ, ਕਿਆ ਬਾਤ ਹੈ ਜੀ, ਕਿਊਬ ਸੋਲਵ ਹੈ ਸਾਰੇ ਪਾਸੋਂ। ਕਿਉਂਕਿ ਹੋਰ ਬੱਚਾ ਹੈਗਾ, ਕੋਈ ਹੋਰ ਬੱਚਾ ਹੈਗਾ ਜਿਹੜਾ ਉਹਨਾਂ ਨਾਲ ਮੁਕਾਬਲਾ ਕਰ ਸਕੇ ਕਿਊਬ ਦਾ? ਹੈ ਉੱਪਰ ਵਾਲਿਆਂ 'ਚੋਂ ਕੋਈ? ਹੈ? ਕਿਆ ਬਾਤ ਹੈ, ਲਾਓ ਵੀਰੇ ਲਈ ਤਾੜੀਆਂ, ਇੱਕ ਹੋਰ ਖਿਡਾਰੀ ਆ ਗਿਆ ਸਾਡੇ ਕੋਲ ਜੀ। ਹਾਂਜੀ, ਰੈਡੀ 1 2 3 ਸਟਾਰਟ। ਆਉਂਦੋ ਦੇਖਾਂਗੇ, ਠੀਕ ਹੈ ਬਾਈ? ਤੁਹਾਡਾ ਟਾਈਮ ਕਿੰਨਾ ਸੀ? 1 ਮਿੰਟ 27 ਸੈਕਿੰਡ। 1 ਮਿੰਟ ਬਾਈ ਦਾ ਟਾਈਮ ਹੈ 1:15। ਸੋਵਿੰਦਰ ਬਾਈ ਕਿਹੜਾ ਹੈ? 1:15 ਵਾਲਾ, ਵੈਰੀ ਗੁੱਡ। ਸੋ ਇਹ ਵੀਰਾ ਵਿੰਦਰ ਹੈ ਜੀ, ਸੋ ਇਸ ਵੀਰ ਨੂੰ ਮਿਲਦਾ ਜੀ ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ, ਕਿਉਂਕਿ ਬਹੁਤ ਔਖੀ ਗੇਮ ਹੈ ਇਹ। ਹਾਂਜੀ, ਸਵਾਲ ਲਓ ਵੀਰੇ। ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ, ਸੋ ਆ ਕਿਊਬ ਵੀ ਸਾਂਭ ਕੇ ਰੱਖਿਓ, ਇਸ ਤਰ੍ਹਾਂ ਸੋਲਵ ਕਰਦੇ ਰਹੋ ਤਾਂ ਘੱਟ ਤੋਂ ਘੱਟ ਸਮੇਂ 'ਚ ਨਾ। ਓਕੇ ਜੀ, ਥੈਂਕ ਯੂ ਵੀਰੇ, ਥੈਂਕ ਯੂ ਬਾਈ, ਥੈਂਕ ਯੂ। ਸੋ ਇਸ ਤੋਂ ਬਾਅਦ ਆਪਾਂ ਬੁਲਾਉਣੇ ਆ ਜੀ, ਉਹ ਪਿੱਛੇ ਤਿਆਰ ਹੋਏ ਖੜ੍ਹਨੇ ਬੱਚੇ ਥੋੜ੍ਹੇ ਜਿਹਾ ਬੁਲਾਉਣੇ। ਹਾਂਜੀ ਬੇਟੇ, ਆ ਜਾਓ ਹਾਏ, ਇੱਧਰ ਤਾਂ ਆ ਜਾਓ, ਗੱਲਬਾਤ ਤਾਂ ਕਰ ਲੂ ਕੋਈ। ਹਾਂਜੀ ਬੇਟੇ, ਕੀ ਨਾਮ ਹੈ? ਮਹਿਕਪ੍ਰੀਤ ਕੌਰ। ਮਹਿਕਪ੍ਰੀਤ ਕੌਰ, ਮਹਿਕਪ੍ਰੀਤ ਕੀ ਕਰਕੇ ਦਿਖਾਓਗੇ? ਅਸੀਂ ਦੁਰਗਾ ਡਾਂਸ ਕਰਨ ਲੱਗੇ ਹਾਂ। ਦੁਰਗਾ ਡਾਂਸ ਕਰੋਗੇ? ਹਾਂਜੀ, ਵੈਰੀ ਗੁੱਡ ਸਾਰੇ। ਹਾਂਜੀ ਹਾਂਜੀ, ਕਰੀਏ ਸ਼ੁਰੂ। ਹਾਂਜੀ ਹਾਂਜੀ, ਦੁਰਗਾ ਡਾਂਸ।
ਥੈਂਕ ਯੂ ਅੱਲੇ ਜੀ ਕਿਤੇ ਦੀ ਪਰਫਾਰਮੈਂਸ ਹੈ ਹਾਂਜੀ ਕਿਤੇ ਐਨੂਅਲ ਫੰਕਸ਼ਨ ਤੇ ਸਕੂਲ ਦੇ ਜੀ ਹਾਂਜੀ ਬਹੁਤ ਸੋਹਣਾ ਬੇਟਾ ਤੁਹਾਡਾ ਡਾਂਸ ਥੈਂਕ ਯੂ ਬੇਟਾ ਥੈਂਕ ਯੂ ਬਹੁਤ ਸੋਹਣਾ ਡਾਂਸ ਕਿਹੜੀ ਕਲਾਸ 'ਚ ਪੜ੍ਹਦੇ ਹੋ ਪਲੱਸ ਵਨ ਜੀ ਪਲੱਸ ਵਨ 'ਚ ਅਤੇ ਹੋਰ ਕੀ ਕਰਕੇ ਦਿਖਾਓਗੇ ਗਾਣਾ ਜੀ ਕਿਹੜਾ ਜੱਗਾ ਜੀ ਜੱਗਾ ਚੱਲ ਆਉਣ ਦਿਓ ਫੜ ਲੈਂਦਾ ਜੀ ਮੈਂ ਹੈਂ ਜੀ ਮੈਂ ਫੜ ਲੈਂਦਾ ਮੈਂ ਫੜ ਲੈਂਦਾ ਕਿ ਤੁਸੀਂ ਫੜਨੇ ਤੁਸੀਂ ਫੜ ਲਓ ਮੈਂ ਫੜਦਾ ਹਾਂਜੀ ਮੈਂ ਫੜੂੰਗਾ ਜੀ ਮੈਂ ਬਾਈ ਦਾ ਸਪੋਰਟਰ ਹਾਂਜੀ ਵੀਰੇ ਗਾਣਾ ਆਉਣ ਦਿਓ ਜੱਗਾ ਉਹ ਜੱਗਾ ਜੰਮਿਆਂ ਤੇ ਮਿਲਣ ਵਧਾਈਆਂ ਜੱਗਾ ਜੰਮਿਆਂ 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 ਤੇ ਮਿਲਣ ਵਧਾਈਆਂ ਓਏ ਵੱਡਾ ਹੋਇਆ ਡਾਕੇ ਮਾਰਦਾ ਪੂਰਨਾ ਪੂਰਨਾ ਉਹ ਮਾਂ ਕੋਲੋਂ ਵਿਛੜ ਗਿਆ ਵੇ ਪੁੱਤ ਸੂਰਮਾ ਮਾਂ ਕੋਲੋਂ ਵਿਛੜ ਗਿਆ ਵੇ ਪੁੱਤ ਸੂਰਮਾ ਮਾਂ ਕੋਲੋਂ ਵਿਛੜ ਗਿਆ ਵੇ ਪੁੱਤ ਸੂਰਮਾ ਸੂਰਮਾ ਜੱਗੇ ਮਾਰਿਆ ਲੈਲਪੁਰ ਡਾਕਾ ਜੱਗੇ ਮਾਰਿਆ 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 ਲੈਲਪੁਰ ਡਾਕਾ ਓਏ ਤਾਰਾਂ ਖੜਕ ਪਈਆਂ ਆਪੇ ਆਪੇ ਤਰੀਕਾਂ ਭੁਗਤਣਗੇ ਤੇਰੇ ਮਾਪੇ ਤਰੀਕਾਂ ਭੁਗਤਣਗੇ ਤੇਰੇ ਮਾਪੇ ਮਾਪੇ ਕੀ ਬਾਤ ਹੈ ਜੀ ਵੀਰੇ ਬਹੁਤ ਸੋਹਣਾ ਗਾਣਾ ਗਾ ਸੋ ਵੀਰੇ ਪ੍ਰੋਫੈਸ਼ਨਲੀ ਸਿੰਗਿੰਗ ਕਰਦੇ ਹੋ ਹਾਂਜੀ ਸਿੰਗਿੰਗ ਕਰਦੇ ਹੋ ਸਿੰਗਿੰਗ ਕਰਦੇ ਗਾਣਾ ਕਦੋਂ ਕੱਟੋਗੇ ਕੱਢ ਦਾਂਗੇ ਜੀ ਮੈਂ ਕੱਢ ਦਾਂਗੇ ਬਹੁਤ ਜਲਦੀ ਕੱਢਾਂ ਇਸ ਤੋਂ ਬਾਅਦ ਹਾਂਜੀ ਬੇਟੇ ਆ ਜਾਓ ਕਿਆ ਬਾਤ ਹੈ ਜੀ ਆ ਜਾਓ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮੇਰਾ ਨਾਮ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਹਾਂਜੀ ਕਿਹੜੀ ਕਲਾਸ ਪੜ੍ਹਦੇ ਹੋ 10th ਬੀ 10th ਬੀ ਵੱਡੇ ਵੀ ਕੀ ਬਣੋਗੇ ਇੰਜੀਨੀਅਰ ਇੰਜੀਨੀਅਰ ਵੈਰੀ ਗੁੱਡ ਇੰਜੀਨੀਅਰ ਬਣਨਾ ਕੁੜੀ ਨੂੰ ਤਾੜੀਆਂ ਲਾਓ ਯਾਰ ਤੁਹਾਡਾ ਪਤਾ ਨਹੀਂ ਕੀ ਕਰੋਗੇ ਹਾਂਜੀ ਬੇਟੇ ਕੀ ਕਰਕੇ ਦਿਖਾਓਗੇ ਸਰ ਜੀ ਤੁਸੀਂ ਬੁਰਾ ਨਾ ਮੰਨੋ ਮੈਂ ਤੁਹਾਨੂੰ ਸਵਾਲ ਪੁੱਛ ਲਾਂ ਨਹੀਂ ਮੈਂ ਇਹਨਾਂ ਤੋਂ ਪੁੱਛਦਾ ਮੇਰਾ ਨਹੀਂ ਬੁਰਾ ਮੰਨਿਆ ਕਿਸੇ ਨੇ ਮੈਂ ਕਿਹਾ ਬੁਰਾ ਮੰਨੂੰਗਾ ਹਾਂਜੀ ਬੇਟਾ ਆਉਣ ਦਿਓ ਆਪਾਂ 100 ਰੁਪਇਆ ਬਣਾਉਣਾ ਹੈ ਆਪਾਂ 100 ਰੁਪਇਆ ਬਣਾਉਣਾਗਾ ਬਣਾਉਣਾ ਕੇਲਾ ਬਣਾਉਣਾ ਹਾਂ ਜੋੜ ਜੋੜ ਕੇ 100 ਰੁਪਇਆ ਬਣਾਉਣਾਗਾ ਹੈਵੀ ਕੋਲ ਨਾਲ ਹਾਂ ਦੂਸਰਾ ਕਿਵੇਂ ਕਾਊਂਟਿੰਗ ਨਾਲ ਕਾਊਂਟਿੰਗ ਨਾਲ ਅੱਛਾ ਅੱਛਾ ਹਾਂਜੀ ਹਾਂਜੀ ਉਹਦੇ ਵਿੱਚ 50 ਨੋਟ ਜਾਂ ਟਾਲੇ ਹੋਣੇ ਚਾਹੀਦੇ ਆ 50 ਨੋਟ ਜਾਂ ਟਾਲੇ ਹੋਣੇ ਚਾਹੀਦੇ ਆ 50 ਨੋਟ ਜਾਂ ਟਾਲੇ ਹੋਣੇ ਚਾਹੀਦੇ ਨੇ ਪਰ ਦੋ ਦਾ ਨਹੀਂ ਹੋਣਾ ਚਾਹੀਦਾ ਪਰ ਦੋ ਦਾ ਨਹੀਂ ਹੋਣਾ ਚਾਹੀਦਾ ਹਾਂ ਦੱਸੋ ਕੀ ਕਿਵੇਂ ਆਊਗਾ 50 ਜਾਂ 2 ਲੈ ਲਓ ਸੋ ਇਹ ਤਾਂ 2 ਨੋਟ ਹੋਏ 50 ਨੋਟ ਬਣਾਉਣੇ ਆ 50 ਨੋਟ ਬਣਾਉਣੇ ਨੇ 50 ਨੋਟ ਬਣਾਉਣੇ ਨੇ ਹਾਂਜੀ ਅੱਛਾ ਤੇ 100 ਰੁਪਇਆ ਬਣਾਉਣਾਗਾ 100 ਰੁਪਇਆ ਬਣਾਉਣਾਗਾ ਹਾਂ ਪੈਸੇ ਕਿਹਦੇ ਨੇ ਉਹ ਮੇਰੇ ਆ ਫਿਰ ਤੁਸੀਂ ਆਪਦੀ ਸੋਚ ਆਪ ਦੇ ਰੱਖਣਾ ਮੈਨੂੰ ਕਿਉਂ ਟੈਨਸ਼ਨ ਦੇ ਰਹੋਗੇ ਮੈਂ ਤੁਹਾਨੂੰ ਦੇਣੇ ਆ ਨਹੀਂ ਨਹੀਂ ਮੈਂ ਪੈਸੇ ਨਾਲ ਨਫ਼ਰਤ ਹੈ ਮੈਨੂੰ ਪਿਆਰ ਨਹੀਂ ਹੈਗਾ ਪੈਸੇ ਨਾਲ ਉਹ ਤੁਸੀਂ ਦੱਸੋ ਕੀ ਹੋਊਗਾ ਤੁਸੀਂ ਫਿਰ ਵੀ ਦੱਸ ਦਿਓ ਚਲ ਜੇ ਉਹੀ 100 ਰੁਪਇਆ ਮੇਰੇ ਕੋਲ ਹੋਵੇ ਮੈਂ ਤੁਹਾਨੂੰ ਦਊਂਗਾ ਠੀਕ ਹੈ ਮੈਂ ਤੁਹਾਨੂੰ ਕਹਾਂ ਕਿ ਐਂ ਕਰਕੇ 50 ਨੋਟ ਬਣਾਉਣੇ ਨੇ ਅਤੇ 100 ਰੁਪਇਆ ਬਣਾਉਣਾ ਕਿਵੇਂ ਬਣਾਉਂਗੇ ਤੁਸੀਂ ਫਿਰ ਉਹ ਦੱਸੋ 40 ਤਾਂ ਇੱਕ ਇੱਕ ਦੇ ਲੈ ਲੂੰਗੀ ਹਾਂ 8 5 ਦੇ ਲੈ ਲੂੰਗੀ ਹਾਂ 8 5 ਦੇ ਦੋ ਦੱਸ ਦੇ ਕੀ ਬਾਤ ਹੈ ਜੀ ਆਹੀ ਮੈਂ ਕਹਿਣ ਲੱਗਾ ਸੀਗਾ ਮੇਰੀ ਗੱਲ ਤਾਂ ਸੁਣੀ ਨਹੀਂ ਕਿ ਵਿੱਚ ਮੈਂ ਵੀ ਆਹੀ ਕਹਿਣ ਲੱਗਾ ਸੀ ਆਹੀ ਕਹਿ ਰਿਹਾ ਸੀ ਨਾ ਮੈਂ ਵੀ ਆਹੀ ਕੁਛ ਮੈਂ ਕਹਿ ਰਿਹਾ ਸੀਗਾ ਥੈਂਕ ਯੂ ਬੇਟਾ ਥੈਂਕ ਯੂ ਫਸ ਗਏ ਬੱਚੇ ਬੱਚੇ ਭੋਲੇ ਹੁੰਦੇ ਨੇ ਜੇ ਮਰਜ਼ੀ ਲਾ ਲਓ ਇਹਨਾਂ ਨਾਲ ਸੁਣੇ ਨਜ਼ਾਰਾ ਪੂਰਾ ਆ ਰਿਹਾ ਜੀ ਗੱਲਾਂ ਬਾਤਾਂ ਇਸ ਤਰ੍ਹਾਂ ਕਰਾਂਗੇ ਪਰ ਤੁਸੀਂ ਕਿਤੇ ਨਾ ਜਾਇਓ ਆਪਾਂ ਮਿਲਦੇ ਹਾਂ ਛੋਟੀ ਜੀ ਸ਼ੋਅ ਦੇ ਵਿੱਚ ਰੌਣਕ ਲਾਉਣੀ ਫਿਰ ਤੋਂ ਆ ਚੁੱਕਾ ਕਿਉਂਕਿ ਸ਼ੋਅ ਦਾ ਨਾਮ ਹੈ ਅੱਧੀ ਛੁੱਟੀ ਸਾਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇਰਾ ਨਾਮ ਹੈ ਆਪੇ ਦਾਦਾ ਤੇਰਾ ਨਾਮ ਹੈਗਾ ਹਰਮਨਪ੍ਰੀਤ ਸਿੰਘ ਫਾਦਰ ਨੇਮ ਗੁਰਜੀਤ ਸਿੰਘ ਕੀ ਬਾਤ ਹੈ ਜੀ ਕੀ ਬਾਤ ਹੈ ਕੀ ਕਰਕੇ ਦਿਖਾਉਂਗੇ ਮੈਂ ਅੱਜ ਤੁਹਾਨੂੰ ਇੱਕ ਕਵਿਤਾ ਸੁਣਾਉਂਗਾ ਜਿਹੜੀ ਮੈਂ ਆਪ ਲਿਖੀ ਆ ਗਈ ਇਸ ਸਕੂਲ ਤੇ ਆਪ ਲਿਖੀ ਹੈ ਹਾਂਜੀ ਐਡੇ ਐਡੇ ਬੱਚੇ ਰਾਈਟਰ ਕੀ ਬਾਤ ਹੈ ਜੀ ਮੈਨੂੰ ਲੱਗਾ ਸਾਡੇ ਸ਼ੋਅ ਦੀ ਖਾਸੀਅਤ ਗੱਲ ਇਹੀ ਹੈ ਕਿ ਅਸੀਂ ਛੋਟੇ ਛੋਟੇ ਬੱਚੇ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਬਾਹਰ ਕੱਢ ਰਹੇ ਹਾਂ ਮੇਰਾ ਪਿਆਰਾ ਸਕੂਲ ਹਾਂਜੀ ਇਸ ਇਲਾਕੇ ਵਿੱਚ ਇੱਕ ਸਕੂਲ ਹੈ ਨਿਰਾਲਾ ਨਾਮ ਹੈ ਜਿਸ ਦਾ ਦੂਨ ਪਬਲਿਕ ਸਕੂਲ ਕਰਾੜਵਾਲਾ ਇਸ ਸੰਸਥਾ ਨੂੰ ਸਰਦਾਰ ਗੰਭੀਰ ਸਿੰਘ ਜੀ ਨੇ ਕੀਤਾ ਤਿਆਰ ਬੱਚਿਆਂ ਨੂੰ ਕਰਦੇ ਸੀ ਉਹ ਬਹੁਤ ਪਿਆਰ ਪਰ ਰੱਬ ਨੂੰ ਨਹੀਂ ਸੀ ਇਹ ਮਨਜ਼ੂਰ ਉਹਨਾਂ ਨੂੰ ਸਾਥੋਂ ਕਰਤਾ ਦੂਰ ਮੈਡਮ ਚਰਨਜੀਤ ਕੌਰ ਕਰ ਰਹੇ ਨੇ ਉਹਨਾਂ ਦੇ ਸੁਪਨੇ ਸਾਕਾਰ ਪ੍ਰਿੰਸੀਪਲ ਡਾਕਟਰ ਪਰਮਿੰਦਰ ਕੌਰ ਵੀ ਦੇ ਰਹੇ ਨੇ ਉਹਨਾਂ ਦਾ ਸਾਥ ਸਾਡਾ ਦੂਨ ਸਕੂਲ ਇੱਕ ਸੋਹਣਾ ਜਿਹਾ ਪਰਿਵਾਰ ਇੱਥੇ ਸਾਰੇ ਰਹਿੰਦੇ ਜਿਵੇਂ ਫੁੱਲਾਂ 'ਚ ਬਹਾਰ ਬੱਚੇ ਇੱਥੋਂ ਪੜ੍ਹ ਕੇ ਬਣਦੇ ਮਹਾਨ ਹੇ ਵਾਹਿਗੁਰੂ ਵਧਾਈ ਸਾਡੇ ਸਕੂਲ ਦੀ ਸ਼ਾਨ ਕਿਆ ਬਾਤ ਹੈ ਕਿਆ ਬਾਤ ਹੈ ਕਿੰਨੇ ਜ਼ੋਰਦਾਰ ਤਾੜੀ ਹੈ ਬੱਚੇ ਲਈ ਸਕੂਲ ਬਾਰੇ ਕਿੰਨੀ ਸੋਹਣੀ ਗੱਲ ਬੋਲੀ ਹੈ ਬੱਚੇ ਨੇ ਜੀ ਬੱਚੇ ਵੈਰੀ ਗੁੱਡ ਸੋ ਬੱਚਾ ਇਸੇ ਤਰ੍ਹਾਂ ਲਿਖਦਾ ਰਹਿਣਾ ਠੀਕ ਹੈ ਹਾਂਜੀ ਚੰਗੀ ਚੰਗੀ ਚੀਜ਼ ਲਿਖਦਾ ਰਹਿਣਾ ਕਿਆ ਬਾਤ ਹੈ ਜੀ ਐਡੇ ਐਡੇ ਛੋਟੇ ਛੋਟੇ ਬੱਚੇ ਕਿੰਨੀਆਂ ਸਿਆਣੀਆਂ ਗੱਲਾਂ ਕਰ ਰਹੇ ਨੇ ਸੋ ਪਿਓਰ ਰੂਟਸ ਵੱਲੋਂ ਪਿਆਰਾ ਗਿਫਟ ਤਾਂ ਮਿਲਣਾ ਹੀ ਚਾਹੀਦਾ ਜੀ ਹੈਲੋ ਬੇਟਾ ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਬੇਟਾ ਥੈਂਕ ਯੂ ਹਾਂਜੀ ਉਸ ਤੋਂ ਬਾਅਦ ਹਾਂਜੀ ਹਾਂਜੀ ਬੇਟਾ ਆ ਜਾਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ ਬੇਟਾ ਕਿਹੜੀ ਕਲਾਸ ਪੜ੍ਹਦੇ ਹੋ ਮੈਂ 10th 10th 'ਚ ਹਾਂਜੀ ਅੱਛਾ 11ਵੀਂ ਕਲਾਸ 'ਚ ਕਿਹੜੇ ਸਾਲ 'ਚ ਹੋਵੋਗੇ
ਅਗਲੇ ਸਾਲ ਚ ਅਗਲਾ ਸਾਲ ਕਿਹੜਾ ਹੈ 2020 ਹਾਂ ਵੈਰੀ ਗੁੱਡ ਯਾਨੇ ਬੱਚੇ ਕੀ ਕਰਕੇ ਦਿਖਾਓਗੇ ਮੈਂ ਗਗਨ ਸਰ ਦੀ ਮਮਿਕਰੀ ਕਰਕੇ ਦਿਖਾਉਂਗੀ ਗਗਨ ਸਰ ਦੀ ਹਾਂਜੀ ਹੁਣੇ ਹੁਣੇ ਅਬਜ਼ਰਵ ਕੀਤਾ ਨਾ ਥੋੜਾ ਜਿਹਾ ਗਗਨ ਸਰ ਨੂੰ ਹਾਂਜੀ ਆਉਣ ਦੋ ਲਓ ਜੀ ਬੱਚੇ ਆਪਣੇ ਦਮ ਤੇ ਕਰ ਰਹੇ ਨੇ ਸਾਡੇ ਤੇ ਕੋਈ ਸ਼ਿਕਾਇਤ ਨਾ ਆਵੇ ਜੀ ਹਾਂਜੀ ਆਉਣ ਦੋ ਜੇ ਸਰ ਮੈਂ ਥੋੜੀ ਜਿਹੀ ਗਲਤੀ ਹੋ ਗਈ ਤਾਂ ਪਲੀਜ਼ ਮਾਫ ਕਰ ਦਿਓ ਹਾਂਜੀ ਹਾਂਜੀ ਮਾਫ ਕਰ ਦਿਓ ਜੀ ਪਹਿਲੀ ਮਾਫੀ ਹਾਂਜੀ ਹਾਂਜੀ ਰੋਲਿੰਗ ਹੈ ਕੈਵੀ ਰੋਲਿੰਗ ਹੈ ਰੋਲ ਕੈਮਰਾ ਐਂਡ ਐਕਸ਼ਨ ਕਟ ਕਟ ਗੈਵੀ ਪਹਿਲਾਂ ਤਾਂ ਕੰਨ 'ਚ ਫੋਨ ਲਾ ਫੋਨ ਕੰਨ 'ਚੋਂ ਉਹ ਕਲੈਪਿੰਗ ਕਰ ਦਿਓ ਮਾੜੀ ਜੀ ਕਲੈਪਿੰਗ ਕਲੈਪਿੰਗ ਕਿਆ ਬਾਤ ਹੈ ਜੀ ਇਹ ਕੁੜੀ ਸੱਚੀ ਉਹ ਬੜੀ ਤੇਜ਼ ਹੈ ਜੀ ਜਿਹੜੇ ਸਾਡੇ ਜਿਹੜੇ ਕੈਮਰਾਮੈਨ ਨੇ ਗਗਨ ਉਹਨਾਂ ਦੀ ਮਿਮਿਕਰੀ ਕੀਤੀ ਹੈ ਕਿਆ ਬਾਤ ਹੈ ਜੀ ਐਕਟਿੰਗ ਬਹੁਤ ਸੋਹਣੀ ਕੀਤਾ ਥੈਂਕ ਯੂ ਬੇਟਾ ਥੈਂਕ ਯੂ ਚਲੋ ਜੀ ਇਸ ਤੋਂ ਬਾਅਦ ਛੋਟੇ ਛੋਟੇ ਬੱਚਿਆਂ ਨਾਲ ਇੱਕ ਪਿਆਰੀ ਗੇਮ ਖੇਡਦੇ ਹਾਂ ਅੱਜ ਮੈਂ ਤੁਹਾਨੂੰ ਦਿਖਾਉਣਾ ਗੇਮ ਕੀ ਹੋਊਗੀ ਇਹ ਸਾਈਕਲ ਨੇ ਜੀ ਚਾਰ ਸਾਈਕਲੀਆਂ ਨੇ ਸੋ ਇਹਦੇ ਵਾਸਤੇ ਜਿਹੜੇ ਚਾਰ ਸਾਡੇ ਲਈ ਬੱਚੇ ਆਏ ਨੇਗੇ ਉਸ ਵੀ ਤੁਹਾਨੂੰ ਦਿਖਾਉਣਾ ਮੈਂ ਬੇਟਾ ਤੁਹਾਨੂੰ ਪਤਾ ਕੀ ਕਰਨਾ ਹੈਗਾ ਤੁਸੀਂ ਨਾ ਉਹ ਦੇਖੋ ਸਾਈਕਲੀ ਖੜੀਆਂ ਨੇ ਨਾ ਤੁਸੀਂ ਇੱਥੋਂ ਭੱਜ ਕੇ ਜਾਣਾ ਉੱਥੇ ਤੱਕ ਉੱਥੋਂ ਸਾਈਕਲੀ 'ਤੇ ਬੈਠ ਕੇ ਆਹ ਲਾਈਨ ਤੱਕ ਆਉਣਾ ਠੀਕ ਹੈ ਜਿਹੜਾ ਪਹਿਲਾਂ ਆਊਗਾ ਉਹਨੂੰ ਗਿਫਟ ਮਿਲੂਗਾ ਠੀਕ ਹੈ ਤਿਆਰ ਹੋ ਭੱਜੋਗੇ ਠੀਕ ਹੈ ਗੋ ਸੱਜ ਲਓ ਭੱਜ ਕਿਆ ਬਾਤ ਹੈ ਚੱਲ ਬਾਈ ਚੱਲ ਚੱਲ ਆਜੋ ਆਜੋ ਜਿਹੜਾ ਪਹਿਲਾਂ ਜਾਊਗਾ ਚਲੋ ਜੀ ਸਾਡੀ ਇਸ ਗੇਮ ਦਾ ਵਿਨਰ ਸੀਗਾ ਇਹ ਬੱਚਾ ਬੇਟਾ ਤੁਸੀਂ ਜਿੱਤ ਗਏ ਸਭ ਤੋਂ ਪਹਿਲਾਂ ਸੀ ਅੱਛਾ ਉਹ ਯਾਰ ਆਪਾਂ ਕਿੱਧਰ ਭੱਗ ਗਏ ਸੀ ਰੇੜੀ 'ਚ ਲੈ ਕੇ ਉੱਧਰ ਕੀ ਹੋ ਗਿਆ ਸੀਗਾ ਸਾਈਕਲ ਚਲਾਉਣੀ ਨਹੀਂ ਆਉਂਦੀ ਚਲਾਉਣੀ ਨਹੀਂ ਆਉਂਦੀ ਸੀ ਚਲਾਉਣ ਹੀ ਫਸ ਗਿਆ ਚਲੋ ਕੋਈ ਨਹੀਂ ਇਹ ਗੁੜੀਆ ਵਿਨਰ ਹੈ ਜੀ ਪਿਓਰ ਰੂਟਸ ਦਾ ਮਿਲਦਾ ਇਹਨੂੰ ਗਿਫਟ ਪਿਆਰਾ ਜਿਹਾ ਹਾਂਜੀ ਬੇਟਾ ਲਓ ਹਾਂਜੀ ਬੇਟਾ ਥੈਂਕ ਯੂ ਬੇਟਾ ਥੈਂਕ ਯੂ ਸੋ ਇਸ ਤੋਂ ਬਾਅਦ ਆਪਾਂ ਹੋਰ ਬੁਲਾਉਣਾ ਜੀ ਬੱਚੇ ਸਕੂਲ ਦੇ ਵਿੱਚ ਗੱਲਾਂ ਬਾਤਾਂ ਕਰਕੇ ਸਾਨੂੰ ਅਤੇ ਇਸ ਤੋਂ ਬਾਅਦ ਹਾਂਜੀ ਵੀਰੇ ਆ ਜਾਓ ਹਾਂਜੀ ਵੀਰੇ ਕੀ ਨਾਮ ਹੈ ਮੇਰਾ ਨਾਮ ਪ੍ਰਿੰਸਦੀਪ ਸਿੰਘ ਹੈ ਜੀ ਪ੍ਰਿੰਸਦੀਪ ਸਿੰਘ ਹਾਂਜੀ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲਹਿਰਾ ਧੂਰਕੋਟ ਤੋਂ ਬਿਲੋਂਗ ਕਰਦਾ ਲਹਿਰਾ ਧੂਰਕੋਟ ਅੱਛਾ 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 ਕਿਹੜੀ ਕਲਾਸ ਪੜ੍ਹਦੇ ਹੋ ਮੈਂ ਪਲੱਸ ਟੂ ਕਮਰਸ ਹੀ ਪੜ੍ਹਦਾ ਹੋਬੀ ਕੀ ਹੈ ਹੋਬੀ ਡਾਂਸ ਹੈ ਸਿੰਗਿੰਗ ਹੈ ਪਲੇਇੰਗ ਹੈ ਅੱਛਾ ਤਿੰਨੇ ਚੀਜ਼ਾਂ ਜੀ ਡਾਂਸ ਡਰਾਇੰਗ ਵੀ ਆਈ ਡਾਂਸ ਕਰੂੰਗਾ ਜੀ ਮੈਂ ਕਿਹੜਾ ਡਾਂਸ ਕਰੂੰਗੇ ਮੈਂ ਮਾਈਕਲ ਜੈਕਸਨ ਡਾਂਸ ਕਰੂੰਗਾ ਜੀ ਦੇ ਡੋਂਟ ਰੀਅਲੀ ਕੇਅਰ ਅਬਾਊਟ ਅਸ ਅੱਛਾ ਪਰ ਟੋਪੀ ਲੈਣੀ ਮੇਰੇ ਟੋਪੀ ਟੋਪੀ ਵੀ ਲੈਵਾਂਗੇ ਆਪ ਹੀ ਖੁਦ ਹੀ ਵੀਡੀਓ ਦੇਖ ਕੇ ਆਪ ਹੀ ਡਾਂਸ ਕੀਤਾ ਜੀ ਬੱਚੇ ਨੇ ਵੀਡੀਓ ਦੇਖ ਦੇਖ ਕੇ ਸੋਹਣਾ ਡਾਂਸ ਕੀਤਾ ਜੇ ਕੋਈ ਵਧੀਆ ਕੋਚ ਲਵੇ ਜਾ ਕੇ ਡਾਂਸ ਕਰੇ ਤਾਂ ਕਿੰਨਾ ਵਧੀਆ ਡਾਂਸ ਕਰੇਗਾ ਤੁਹਾਡਾ ਥੈਂਕ ਯੂ ਵੀਰੇ ਤੁਹਾਨੂੰ ਪਿਓਰ ਗੁਰੂ ਵੱਲੋਂ ਪਿਆਰਾ ਗਿਫਟ ਮਿਲੂ ਜਾ ਠੀਕ ਹੈ ਇੰਨਾ ਪਿਆਰਾ ਡਾਂਸ ਕੀਤਾ ਵੀਰੇ ਨੇ ਤਾਂ ਪਿਓਰ ਗੁਰੂ ਵੱਲੋਂ ਪਿਆਰਾ ਗਿਫਟ ਹਾਂਜੀ ਪਿਓਰ ਗੁਰੂ ਵੱਲੋਂ ਪਿਆਰਾ ਗਿਫਟ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਥੈਂਕ ਯੂ
ਚਲੋ ਇਸ ਤੋਂ ਬਾਅਦ ਆਪਾਂ ਤੁਹਾਨੂੰ ਇੱਕ ਬੜੀ ਘੈਂਟ ਚੀਜ਼ ਦਿਖਾਉਣਾ, ਇੱਧਰ ਦੇਖੋ ਆਹ ਲਿਖਿਆ ਹੋਇਆ ਭੰਗੜਾ। ਸੋ ਜਿਹੜੇ ਬੱਚੇ ਨੇ ਭੰਗੜਾ ਕਰਨਾ ਉਹਦੇ ਵਿੱਚ ਲੁਕੇ ਹੋਏ ਨੇ, ਆਪਾਂ ਕੱਢਾਂਗੇ। ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ। ਹਾਂ ਦੇਖਿਆ ਮੈਂ ਤੁਹਾਨੂੰ ਕੀ ਲੁਕਿਆ ਹੋਇਆ ਵਿੱਚ। ਹਾਂਜੀ ਬੇਟੇ ਕੀ ਨਾਮ ਹੈ? ਜਸਲੀਨ। ਜਸਲੀਨ ਅੱਗੇ ਆ ਜਾਓ ਅੱਗੇ ਆ ਜਾਓ। ਹਰਲੀਨ। ਹਾਂ ਕੀ ਕਰੋਗੇ? ਭੰਗੜਾ ਇਹਦੇ ਵਿੱਚ? ਨਹੀਂ ਬਾਹਰ ਨਿਕਲ ਕੇ। ਬਾਹਰ ਆ ਜਾਓ, ਪਿੱਛੇ ਕਦੋਂ ਖੜੇ ਹੋਗੇ? ਆ ਜਾਓ ਆ ਜਾਓ ਆ ਜਾਓ। ਮੈਂ ਇੱਥੋਂ ਖੜ ਕੇ ਦੇਖੂ ਥੋੜਾ ਭੰਗੜਾ। ਹਾਂਜੀ ਹਾਂਜੀ ਕਿਹੜੇ ਗਾਣੇ ਦੇ ਕਰੋਗੇ ਬੇਟਾ? ਹਾਂਜੀ ਮੈਸ਼ਅਪ। ਹਾਂਜੀ ਮੈਸ਼ਅਪ ਕਿਹੜੇ ਦੇ? ਮੈਸ਼ਅਪ ਭੰਗੜਾ ਕਿਹੜੇ ਦੇ ਕਰੋਗੇ? ਮੈਸ਼ਅਪ। ਮੈਸ਼ਅਪ ਹਾਂਜੀ ਮੈਸ਼ਅਪ ਲਾ ਦਿਓ। ਸੋਲੇ ਸਕੂਲ ਦੇ ਵਿੱਚ ਨਜ਼ਾਰਾ ਪੂਰਾ ਰਿਹਾ, ਪਰ ਗੱਲਾਂ ਬਾਤਾਂ ਇਸ ਤਰ੍ਹਾਂ ਕਰਾਂਗੇ। ਮਿਲਦੇ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। ਸ਼ੋਅ ਦੇ ਵਿੱਚ ਰੌਣਕ ਲਾਉਣ ਲਈ ਫਿਰ ਤੋਂ ਆ ਚੁੱਕੇ ਜੀ ਆਪਾਂ, ਕਿਉਂਕਿ ਸ਼ੋਅ ਦਾ ਨਾਮ ਹੈ ਅੱਧੀ ਛੁੱਟੀ ਸਾਰੀ। ਚਲੋ ਜੀ ਇਸ ਤੋਂ ਬਾਅਦ ਆਪਾਂ ਬੱਚੇ ਬੁਲਾਉਣੇ ਆ। ਹਾਂਜੀ ਬੇਟਾ ਆ ਜਾਓ। ਹਾਂਜੀ ਬੇਟਾ ਕੀ ਨਾਮ ਹੈ? ਸਰ ਸੁਰਪ੍ਰੀਤ ਕੌਰ। ਸੁਰਪ੍ਰੀਤ ਕੌਰ ਕਿਹੜੀ ਕਲਾਸ 'ਚ ਪੜ੍ਹਦੇ ਹੋ? 7C। 7C ਕਿੱਥੋਂ ਆਉਣੇ ਹੋ? ਸਰ ਸੂਚ। ਅੱਛਾ ਪਾਪਾ ਦਾ ਮੋਬਾਈਲ ਨੰਬਰ ਕਿੰਨਾ ਹੈ? 9781721903। ਵੈਰੀ ਗੁੱਡ। ਕੀ ਕਰਕੇ ਦਿਖਾਓਗੇ? ਸਰ ਆਵਾਜ਼ਾਂ ਕੱਢ ਕੇ। ਆਵਾਜ਼ਾਂ ਕੱਢੋਗੇ? ਛੋਟੇ ਬੱਚੇ ਆਵਾਜ਼ਾਂ ਕੱਢੀ ਜਾਂਦੇ ਨੇ। ਕਿਸ ਦੀ ਆਵਾਜ਼ ਕੱਢੋਗੇ? ਸਰ ਪਹਿਲਾਂ ਕੋਇਲ ਦੀ। ਕੋਇਲ ਦੀ? ਆ ਪੜੋ ਮਾਈਕ ਇੱਕ ਵਾਰ ਹੋਰ। ਵੈਰੀ ਗੁੱਡ, ਕਲੈਪਿੰਗ ਕਰੋ ਯਾਰ ਆਹ ਚੀਜ਼ ਵਿੱਚ। ਹੋ ਸਾਇਲੈਂਸ। ਹਾਂ ਹੁਣ ਕਾਹਦੀ ਕਰੋਗੇ? ਸਰ ਇੱਕ ਚਿੜੀ ਦੀ। ਚਿੜੀ ਦੀ ਆਉਣ ਦਿਓ। ਕਿਆ ਬਾਤ ਹੈ ਓਏ, ਇਹ ਬੱਚੇ ਜਾਨਵਰਾਂ ਦੀ ਆਵਾਜ਼ ਕੱਢ ਰਹੇ, ਤੁਸੀਂ ਤਾੜੀ ਦੀ ਆਵਾਜ਼ ਤਾਂ ਕੱਢ ਦਿਓ। ਹਾਂ ਵੈਰੀ ਗੁੱਡ, ਥੈਂਕ ਯੂ ਬੇਟਾ, ਥੈਂਕ ਯੂ। ਹੋਰ ਕਾਹਦੀ? ਕਾਹਦੀ? ਬੱਕਰੀ ਦੀ। ਤਰਾਸ ਕਦੋਂ ਰਹੀ ਹੈ? ਕੋਈ ਨਹੀਂ ਇੱਕ ਵਾਰ ਕੋਸ਼ਿਸ਼ ਕਰ। ਚੱਲ ਚੱਲ ਵੈਰੀ ਗੁੱਡ, ਚੱਲ 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 ਚੱਲ। ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ। ਹੋਰ ਓਕੇ, ਥੈਂਕ ਯੂ ਬੇਟਾ, ਥੈਂਕ ਯੂ ਥੈਂਕ ਯੂ। ਸੋ ਬੱਚੇ ਨੇ ਪਿਆਰੀ ਪਿਆਰੀ ਆਵਾਜ਼ਾਂ ਕੱਢੀਆਂ ਜੀ। ਹਾਂਜੀ ਇਸ ਤੋਂ ਬਾਅਦ ਅੱਜ ਵੀਰੇ ਆ ਜਾਓ। ਵਾਹ ਜੀ ਵਾਹ ਭਲਵਾਨ ਸਾਹਿਬ, ਜ਼ਿੰਦਾਬਾਦ। ਤਾੜੀਆਂ ਲਾਓ ਤਾੜੀਆਂ ਬਾਈ ਵਾਸਤੇ। ਹਾਂਜੀ ਕੀ ਨਾਮ ਹੈ ਜੀ? ਹਰਮਨਦੀਪ ਸਿੰਘ। ਹਰਮਨਦੀਪ ਸਿੰਘ ਵੱਡੇ ਹੋ ਕੇ ਕੀ ਬਣੋਗੇ? ਕੋਰੀਓਗ੍ਰਾਫਰ। ਕਾਹਦਾ? ਡਾਂਸ ਕੋਰੀਓਗ੍ਰਾਫਰ। ਮੈਨੂੰ ਕਰਾ ਕੇ ਦਿਖਾਓ। ਚਲੋ ਮੈਂ ਪਲੇ ਦੀ ਸੌਂਗ। ਹਾਂ ਪਲੇ ਸੌਂਗ ਨਹੀਂ, ਬਿਨਾਂ ਸੌਂਗ ਤੋਂ ਕਰਕੇ ਦੱਸੋ ਇੱਕ ਵਾਰ, ਬਿਨਾਂ ਐਕਸ਼ਨ ਦੱਸੋ ਮੈਂ ਕਰੂੰਗਾ। ਹਾਲੋ ਆਹਾ ਓਹ ਆਹ ਪੰਜ, ਇੱਕ ਦੋ ਤਿੰਨ ਚਾਰ ਪੰਜ। ਵੈਰੀ ਗੁੱਡ ਵੈਰੀ ਗੁੱਡ, ਥੈਂਕ ਯੂ ਥੈਂਕ ਯੂ ਥੈਂਕ ਯੂ। ਅੱਜ ਇੱਕ ਟੰਗ ਟਵਿਸਟਰ ਬੋਲਿਆ ਬੋਲੇਗਾ? ਬੱਕਰਾ ਮੱਕੜਾ ਬਾਲਟੀ। ਬੱਕਰਾ ਮੱਕੜਾ ਬਾਲਟੀ। ਫਾਸਟ ਫਾਸਟ ਬੋਲਣਾ ਪੰਜ ਵਾਰੀ। ਬੱਕਰਾ ਮੱਕੜਾ ਬਾਲਟੀ, ਬੱਕਰਾ ਮੱਕੜਾ ਬਾਲਟੀ, ਬੱਕਰਾ ਮੱਕੜਾ ਬਾਲਟੀ, ਬੱਕਰਾ ਮੱਕੜਾ ਬਾਲਟੀ। ਮਟਕਾ ਆ ਜਾ ਜਾ ਫਾਸਟ ਫਾਸਟ। ਬੱਕਰਾ ਮੜਕਾ ਬਾਲਟੀ, ਬੱਕਰਾ ਮੜਕਾ ਬਾਲਟੀ। ਮਟਕਾ ਨਹੀਂ ਮੱਕੜਾ।
ਬੱਕਰਾ ਮਕਟਾ ਬੱਕਰਾ ਮਟਕਾ ਬਾਲਟੀ ਫਸ ਗਿਓ ਚਲੋ ਕੋਈ ਨੀ ਓਕੇ ਥੈਂਕ ਯੂ ਵੀਰੇ ਥੈਂਕ ਯੂ ਬਾਈ ਥੈਂਕ ਯੂ ਹਾਂਜੀ ਇਸ ਤੋਂ ਬਾਅਦ ਸਤਿ ਸ਼੍ਰੀ ਅਕਾਲ ਅਮ੍ਰਿਤ ਕੌਰ ਮੈਂ ਕਿਹਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਬੇਟਾ ਸੁਮਨਪ੍ਰੀਤ ਕੌਰ ਰੰਧਾਵਾ ਅੱਛਾ ਕੀ ਕਰਕੇ ਦਿਖਾਓਗੇ ਜ਼ਾਇਕ ਸਰ ਤੋਂ ਬਜ਼ਾਰ ਤੋਂ ਮੱਛੀ ਸਰ ਤੋਂ ਬਜ਼ਾਰ ਤੋਂ ਮੱਛੀ ਮੈਨੂੰ ਮਰਵਾਉਣਗੇ ਜਵਾ ਕੇ ਆ ਜਾਓ ਪੁੱਛੋ ਮੁੰਡਿਆਂ ਨੂੰ ਇੱਕ ਵਾਰੀ ਮਿਲਦੀ ਆ ਉਹ ਚੀਜ਼ ਕੁੜੀਆਂ ਨੂੰ ਦੋ ਵਾਰੀ ਮਿਲਦੀ ਆ ਦੱਸੋ ਸਰ ਮੁੰਡਿਆਂ ਨੂੰ ਇੱਕ ਵਾਰੀ ਕੁੜੀਆਂ ਨੂੰ ਦੋ ਵਾਰੀ ਤੁਸੀਂ ਕੁੜੀਆਂ ਹੋ ਹਨਾ ਤੁਹਾਨੂੰ ਦੋ ਵਾਰ ਮਿਲਦੀ ਆ ਉਹ ਚੀਜ਼ ਹਨਾ ਮੈਨੂੰ ਪਤਾ ਹੈ ਦਸ ਪੰਨਾ 'ਚ ਇਹਨੂੰ ਪਤਾ ਹੀ ਨਹੀਂ ਹੈਗਾ ਪਤਾ ਸਰ ਨਹੀਂ ਪਤਾ ਸ਼ਰਤ ਰੱਖ ਲੈ ਸ਼ਰਤ ਰੱਖ ਮੈਨੂੰ ਪਤਾ ਹੈ ਮੈਂ ਜਾਣਦਾ ਇਹਨੂੰ ਪਤਾ ਹੀ ਨਹੀਂ ਇਹਨੂੰ ਪੁੱਛ ਲੈ ਇਹਨੂੰ ਚਾਹੇ ਪਤਾ ਹੀ ਨਹੀਂ ਇਹਨੂੰ ਦੱਸ ਕੇ ਦਿਖਾ ਫਿਰ ਇਹਨੂੰ ਦੱਸ ਦੱਸ ਤੈਨੂੰ ਪਤਾ ਹੀ ਨਹੀਂ ਦੱਸ ਕੀ ਹੈ ਫਿਰ ਸਾਨੂੰ ਪਤਾ ਚੱਲ ਜੂਗਾ ਸਭ ਤੋਂ ਪੁੱਛਿਆ ਨਾ ਤੂੰ ਦੱਸ ਫਿਰ ਮੈਨੂੰ ਤਾਂ ਪਤਾ ਹੀ ਹੈ ਗੋਤ ਗੋਤ ਹਾਂ ਗੋਤ ਹੁੰਦਾ ਉਹ ਕਿਤੇ ਹੋਰ ਫਿਰ ਇਹਨੂੰ ਪਤਾ ਹੀ ਨਹੀਂ ਸੀਗਾ ਹਾਂ ਗੋਤ ਹੁੰਦਾ ਹੈਗਾ ਉਹ ਹੋਰ ਪੁੱਛਿਆ ਹੋਰ ਪੁੱਛਿਆ ਤੁਸੀਂ ਡਰਾਈਵਰ ਹੋ ਉਹਦੇ ਵਿੱਚ ਮਹੀਨੇ 'ਚ ਇੱਕ ਸਟੇਸ਼ਨ ਆਉਂਦਾ ਗਾ ਉਹਦੇ ਵਿੱਚ ਤਿੰਨ ਬੰਦੇ ਉੱਤਰ ਗਏ ਦੋ ਬੰਦੇ ਚੜ੍ਹ ਗਏ ਦੂਸਰੇ ਸਟੇਸ਼ਨ 'ਤੇ ਤਿੰਨ ਬੰਦੇ ਉੱਤਰ ਗਏ ਦੋ ਬੰਦੇ ਚੜ੍ਹ ਗਏ ਤੀਸਰੇ 'ਚ ਵੀ ਆਈ ਹੋਏ ਆ ਦੱਸ ਡਰਾਈਵਰ ਦੀ ਏਜ ਕਿੰਨੀ ਹੋਊਗੀ ਕਿਹਦੀ ਡਰਾਈਵਰ ਦੀ ਏਜ ਡਰਾਈਵਰ ਤਾਂ ਮੈਂ ਸੀ ਹੁਣ ਮੇਰੀ ਏਜ ਪੁੱਛਣੀ ਹੈ 21 ਸਾਲ ਹੁਣ ਆ ਜਾਓ ਹੋਰ ਹੋਰ ਪੁੱਛੋ ਬਸ ਓਏ ਹੋਏ ਹੋਏ ਪਰ ਗੱਲਬਾਤ ਵਧੀਆ ਕੀਤੀ ਕੁੜੀ ਥੈਂਕ ਯੂ ਬੇਟਾ ਥੈਂਕ ਯੂ ਜ਼ੋਰ ਨਾਲ ਤਾੜੀਆਂ ਦੇ ਬੱਚਿਆਂ ਲਈ ਚਲੋ ਜੀ ਇਸ ਤੋਂ ਬਾਅਦ ਆਪਾਂ ਛੋਟੀ ਗੇਮ ਹੋਰ ਕਰਾਂਗੇ ਠੀਕ ਹੈ ਉਹਦੇ ਲਈ ਆਪਾਂ 4 ਜਾਂ 5 ਮੁੰਡੇ ਬੁਲਾਵਾਂਗੇ ਕਿਹੜੇ ਕਿਹੜੇ ਆਉਂਦੇ 5 ਆ ਜਾਓ ਸੋ ਗੇਮ ਪਤਾ ਕੀ ਹੈ ਗੇਮ ਇਹ ਹੈ ਕਿ ਜਿੱਥੇ ਇਹ ਖੜੇ ਨੇ ਇੱਥੇ ਇਹਨਾਂ ਦੀਆਂ ਜਰਾਬਾਂ ਹੋਣਗੀਆਂ ਇਦੋਂ ਅੱਗੇ ਪਏ ਹੋਣਗੇ ਇਹਨਾਂ ਦੇ ਬੂਟ ਇਦੋਂ ਅੱਗੇ ਪਏ ਹੋਣਗੇ ਇਹਨਾਂ ਦੇ ਆਈ ਕਾਰਡ ਇਸ ਤੋਂ ਅੱਗੇ ਪਏ ਹੋਣਗੇ ਇਹਨਾਂ ਦੇ ਬੈਗ ਬਸ ਤੇ ਠੀਕ ਹੈ ਸੋ ਇੱਥੋਂ ਮੈਂ ਰੈਡੀ 1 2 3 ਸਟਾਰਟ ਕਰਕੇ ਭਜਾਉਂਗਾ ਇਹਨਾਂ ਨੇ ਪਹਿਲਾਂ ਜਰਾਬਾਂ ਪਾਉਣੀਆਂ ਨੇ ਫਿਰ ਬੂਟ ਉਸ ਤੋਂ ਬਾਅਦ ਆਈ ਕਾਰਡ ਉਸ ਤੋਂ ਬਾਅਦ ਬੈਗ ਪਾ ਕੇ ਵਾਪਸ ਭੱਜ ਕੇ ਇਹ ਲਾਈਨ ਤੇ ਆਉਣਾ ਜਿਹੜਾ ਪਹਿਲਾਂ ਆਜੂਗਾ ਉਹ ਜਿੱਤ ਗਿਆ ਉਹ ਜਿੱਤ ਗਿਆ ਹਾਂਜੀ ਸੋ ਆ ਜਾਓ ਆਪਣੇ ਬੂਟ ਕੱਢ ਦਿਓ ਜਰਾਬਾਂ ਕੱਢ ਦਿਓ ਆਈ ਕਾਰਡ ਕੱਢ ਦਿਓ ਰੱਖ ਦਿਓ ਚਲੋ ਜੀ ਸਾਡੇ ਖਿਡਾਰੀ ਰੈਡੀ ਨੇ ਹਾਂਜੀ ਰੈਡੀ ਹੋ ਸੋ ਇਹਨਾਂ ਦੀਆਂ ਸੌਕਸ ਇਹ ਪਈਆਂ ਨੇ ਜੀ ਆ ਇਹਨਾਂ ਦੇ ਬੂਟ ਪਏ ਨੇ ਆ ਇਹਨਾਂ ਦੇ ਆਈ ਕਾਰਡ ਪਏ ਨੇ ਸੋ ਬਿਲਕੁਲ ਲਾਸਟ ਦੇ ਇਹਨਾਂ ਦੇ ਬੈਗ ਪਏ ਨੇ ਸੋ ਉੱਥੋਂ ਪਹਿਲਾਂ ਇਹ ਲਾਈਨ ਵਾਰ ਪਾਉਂਦੇ ਆਉਣਗੇ ਸੋ ਉੱਥੋਂ ਆ ਪਾ ਕੇ ਉਸ ਤੋਂ ਬਾਅਦ ਵਾਪਸ ਉਹਨੇ ਉੱਥੇ ਤੱਕ ਆਉਣਾ ਠੀਕ ਹੈ ਹਾਂਜੀ ਰੈਡੀ 1 2 ਕਿੱਧਰ ਜ਼ੋਰ ਪਈ ਜਾਂਦਾ ਰੈਡੀ 1 2 3 ਸਟਾਰਟ ਚਲੋ ਸਟਾਰਟ ਜੀ ਸਾਡੀ ਗੇਮ ਦਾ ਵਿਨਰ ਹੈ ਸੋ ਇਸ ਵੀਰ ਨੂੰ ਮਿਲਦਾ ਪਿਓਰ ਉਰਸ ਵੱਲੋਂ ਪਿਆਰਾ ਗਿਫਟ ਕਲੈਪਿੰਗ ਲਾਓ ਵੀਰੇ ਵਾਸਤੇ ਥੈਂਕ ਯੂ ਬਾਈ ਥੈਂਕ ਯੂ ਆਹ ਲਓ ਜੀ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਥੈਂਕ ਯੂ ਪਰ ਤੂੰ ਅੱਧੀ ਛੁੱਟੀ ਸਾਰੀ ਨਹੀਂ ਬੋਲਿਆ ਹੈਗਾ ਦੇਖ ਲੈ ਹੁਣ ਬੋਲ ਕੇ ਦਿਖਾ ਫਿਰ ਅੱਧੀ ਛੁੱਟੀ ਸਾਰੀ ਅੱਧੀ ਛੁੱਟੀ ਸਾਰੀ ਹਾਂਜੀ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਚਲੋ ਜੀ ਨਜ਼ਾਰਾ ਪੂਰਾ ਰਿਹਾ ਇਸ ਤੋਂ ਬਾਅਦ ਆਪਾਂ ਬੁਲਾਵਾਂਗੇ ਹੋਰ ਬੱਚੇ ਹਾਂਜੀ ਵੀਰੇ ਨਿਕਲੋ ਕੀ ਨਾਮ ਵੀਰੇ ਪਲਵਿੰਦਰ ਮੈਂ ਸੁਣਿਆ ਕਹਿੰਦੇ ਬਾਈ ਕਹਿੰਦੇ ਪੁਸ਼ਅਪ ਬਹੁਤ ਵਧੀਆ ਮਾਰਦਾ ਅੱਛਾ ਕਿੰਨੇ ਕੁ ਪੁਸ਼ਅਪ ਮਾਰ ਦੇਣਾ
50-60 ਲਾ ਦਾਂਗੇ 50-60 ਬਾਈ ਮੁੰਡਾ ਕਹਿ ਰਿਹਾ 50 ਜਾਂ 60 ਪੁਸ਼ ਅਪ ਕਿੰਨੇ ਲਵਾ ਲਈਏ 100 ਕਿ ਉਹ 100 ਕਹੀ ਜਾਂਦੇ ਨੇ 60 ਲਾ ਦਾਂਗੇ 60 ਵਾਸਤੇ ਓਕੇ ਚਲੋ ਕਲੈਪਿੰਗ ਕਰੋ ਫਿਰ 60 ਵਾਸਤੇ ਹਾਂਜੀ ਗਿਣਨੇ ਜਾਂਗਾ ਨਾਲ ਨਾਲ ਰੈਡੀ 1 2 3 ਦੱਸ ਰਹਿ ਗਏ ਵੈਰੀ ਗੁੱਡ ਚੱਲ 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 ਵੈਰੀ ਗੁੱਡ ਵੈਰੀ ਗੁੱਡ ਸੋ ਇਸ ਬੱਚੇ ਨੇ ਆਪਦਾ ਚੈਲੰਜ ਪੂਰਾ ਕੀਤਾ ਜੀ ਸੋ ਬੇਟੇ ਜ਼ੋਰਦਾਰ ਤਾੜੇ ਹੁਣ ਬਣਦੇ ਨੇ ਹਾਂਜੀ ਹਾਂਜੀ ਥੈਂਕ ਯੂ ਵੀਰੇ ਥੈਂਕ ਯੂ ਸੋ ਹੋਰ ਕੀ ਕਰਕੇ ਦਿਖਾਓਗੇ ਹੋਰ ਬਸ ਹੈ ਬਸ ਹੀ ਬਸ ਕਰਕੇ ਦਿਖਾਓਗੇ ਹੁਣ ਬਸ ਕਰਕੇ ਦਿਖਾਉਣਗੇ ਚਲੋ ਜੀ ਬਸ ਨਹੀਂ ਕਰਦੇ ਉਹ ਵੀ ਨਹੀਂ ਹੁੰਦੇ ਓਕੇ ਵੀਰੇ ਥੈਂਕ ਯੂ ਚਲੋ ਜੀ ਗੱਲਾਂ ਬਾਤਾਂ ਇਸ ਤਰ੍ਹਾਂ ਚੱਲਣਗੀਆਂ ਪਰ ਤੁਸੀਂ ਕਿਤੇ ਨਹੀਂ ਜਾਣਾ ਆਪਾਂ ਮਿਲਦੇ ਇੱਕ ਛੋਟੀ ਜੀ ਸ਼ੋਅ ਦੇ ਵਿੱਚ ਰੌਣਕ ਲਾਉਣੀ ਫਿਰ ਤੋਂ ਆ ਚੁੱਕਾ ਕਿਉਂਕਿ ਸ਼ੋਅ ਦਾ ਨਾਮ ਹੈ ਅੱਧੀ ਛੁੱਟੀ ਸਾਰੀ ਚਲੋ ਜੀ ਪਿੱਛੇ ਚੱਲਦੇ ਬੱਚੇ ਬੱਚੇ ਨਾਲ ਗੱਲਬਾਤ ਕਰਦੇ ਆ ਹਾਂਜੀ ਹਾਂਜੀ ਕਿੱਧਰ ਆ ਜਾਓ ਕੀ ਨਾਮ ਬਾਈ ਦਾ ਕੱਟਾ ਕੱਟਾ ਕੀ ਨਾਮ ਹੈ ਕੱਟਾ ਖੜਾ ਵੀ ਇਹੀ ਹੈ ਕੱਟਾ ਓਏ ਜਸਕਾਰਨਾ ਨਾਮ ਤਾਂ ਉਹੀ ਕਹੀ ਜਾਂਦੇ ਜਸਕਾਰਨਾ ਜਸਕਾਰਨ ਸਿੰਘ ਕੱਟਾ ਕੱਟਾ ਉਰਫ ਕੱਟਾ ਉਰਫ ਕੱਟਾ ਅੱਛਾ ਜਸਕਰਨ ਸਿੰਘ ਉਰਫ ਕੱਟਾ ਆ ਜਸਕਰਨ ਵੀਰੇ ਅੱਗੇ ਆ ਜਾ ਇਹ ਤਾਂ ਕਹਿੰਦੇ ਹੁੰਦੇ ਨੇ ਅੱਛਾ ਹੋਰ ਕਿਹੜੀ ਕਲਾਸ 'ਚ ਪੜ੍ਹਦੇ ਹੋ ਟੈਂਥ 'ਚ ਵੱਡੇ ਹੋ ਕੇ ਕੀ ਬਣੋਗੇ ਸੋਚਿਆ ਨਹੀਂ ਹੈ ਜੀ ਸੋਚਾਂਗੇ ਇੱਕ ਸਾਲ ਸੋਚਣ ਦੇ ਨੇਗਾ ਨਹੀਂ ਹਾਂ 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 ਕੀ ਬਾਤ ਹੈ ਉਹਨਾਂ 'ਚ ਹੋਰ ਪੁੱਠਾ ਨਾਂ ਖੇਡਦਾ ਉਹਦੇ 'ਚ ਉਹ ਪੱਗ ਵਾਲੇ ਦਾ ਘੁੱਗੀ ਆ ਜਾ ਹੁਣ ਇਕੱਲੇ ਕਿਹੜਾ ਨਾਮ ਦੱਸੂਗਾ ਜਾ 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 ਘੁੱਗੀ ਉੱਡ ਗਈ ਘੁੱਗੀ ਕਿੱਧਰ ਗਈ ਉੱਡ ਗਈ ਉਹ ਮਗਰ ਗਈ ਮਗਰ ਗਈ ਹਾਂ ਇਹਨਾਂ 'ਚੋਂ ਕਿਸਦਾ ਨਾਮ ਹੱਥ ਲੈ ਕੇ ਦੱਸ ਇਹਦਾ ਗੋਸੀ 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 ਆਈ ਅੱਗੇ ਆ ਦੇਖੋ ਜੀ ਇਹ ਮੁੰਡਾ ਗੋਸ਼ੀ ਇਹਦਾ ਨਾਂ ਕੀ ਹੈ ਗੋਸ਼ੀ ਅੱਛਾ ਹੋਰ ਹੋਰ ਕਿਸਦਾ ਨਾਂ ਆ ਚੱਡਾ ਕੀ ਨਾਮ ਹੈ ਚੱਡਾ ਅੱਜ ਚੱਡਾ ਸਾਹਿਬ ਅੱਗੇ ਆ ਜਾਓ ਚੱਡਾ ਸਾਹਿਬ ਕੱਚਾ ਜਿਹਾ ਹੋਇਆ ਖੜਾ ਹਾਂਜੀ ਚੱਡਾ ਸਾਹਿਬ ਹਾਂਜੀ ਸਰ ਹੋਰ ਕਿਸਦਾ ਨਾਮ ਡੋਲੂ ਜੀ ਉਹ ਕਿੱਧਰ ਨਾ ਗਿਆ ਡੋਲੂ ਉਹ ਖੜਾ ਜੀ ਡੋਲੂ ਆਈ ਆ ਜਾ ਡੋਲੂ ਆ ਜਾ ਡੋਲੂ ਆ ਜਾ ਨਾਂ ਦੇਖੋ ਪ੍ਰਧਾਨ ਕਿਹੜਾ ਪ੍ਰਧਾਨ ਆ ਜੀ ਆ ਜਾ ਪ੍ਰਧਾਨ ਸਾਹਿਬ ਆ ਡੋਲੂ ਕਹੀ ਜਾਂਦੇ ਨੇ ਚੀਨੀ ਚੀਨੀ ਕਿਹੜਾ ਉਹ ਆ ਗਿਆ ਹਾਂਜੀ ਬਿੰਗਾ 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 ਕਿਹੜਾ ਉਹੀ ਹੈ ਜੀ ਸੋ ਥੈਂਕ ਯੂ ਵੀਰੇ ਥੈਂਕ ਯੂ ਉਹ ਬਾਅਦ 'ਚ ਲੜਨਾ ਪਿਓ ਆਪਸ 'ਚ ਠੀਕ ਹੈ ਪਿਆਰ ਰੱਖਣਾ ਹੈ ਆਏ ਤਰਲੋਚਨ ਆਏ ਤਰਲੋਚਨ ਆ ਜਾ ਡਰਦਾ ਕਿਉਂ ਹੈ ਹਾਂ ਤਰਲੋਚਨ ਨੂੰ ਕੀ ਪੁੱਛੋਗੇ ਸਵਾਲ ਪੁੱਛਣਾ ਕੋਈ ਹੈ ਕਿਹੜੀ ਕਲਾਸ 'ਚ ਪੜ੍ਹਦਾ ਤਰਲੋਚਨ ਨੌਵੀਂ 'ਚ ਪੜ੍ਹਦਾ ਜੀ ਨੌਵੀਂ 'ਚ ਪੜ੍ਹਦਾ ਵੱਡਾ ਕੀ ਬਣੇਗਾ ਬਣ ਜਾਏ ਵੱਡਾ ਕਹਿੰਦਾ ਵੱਡਾ ਤਰਲੋਚਨ ਬਣੂਗਾ ਹੈ ਤਰਲੋਚਨ ਮਾਲੀ ਤਰਲੋਚਨ ਮਾਲੀ ਓਕੇ ਥੈਂਕ ਯੂ ਵੀਰੇ ਥੈਂਕ ਯੂ ਹਾਂਜੀ ਇਸ ਤੋਂ ਬਾਅਦ ਆਪਾਂ ਗੱਲਬਾਤ ਹੋਰ ਕਰਦੇ ਹਾਂ ਹਾਂਜੀ ਬੇਟੇ ਆ ਜਾਓ ਆ ਜਾਓ ਹਾਂਜੀ ਬੇਟਾ ਕੀ ਨਾਮ ਹੈ ਸਵੀਤ ਕੌਰ ਸਵੀਤ ਕੌਰ ਕਿਹੜੀ ਪੋਇਮ ਸੁਣਾਓਗੇ ਬੀਸ ਆਫ ਆਉਣ ਦੋ ਸੁਣਾ ਦੋ ਬੀਸ ਆਫ ਪੇਪਰ ਬੀਸ ਆਫ ਪੇਪਰ ਫਲਾਈਂਗ ਔਨ ਦਾ ਫਲੋਰ ਫਲਾਈਂਗ ਔਨ ਦਾ ਫਲੋਰ ਮੇਕ ਸਪਲੇਸ ਟਾਈਟ ਸਪਲੇਸ ਐਂਡ ਟਾਈਟ ਪਿਕ ਦੈਮ ਅਪ ਪਿਕ ਦੈਮ ਅਪ ਥੈਂਕ ਯੂ ਬੇਟਾ ਥੈਂਕ ਯੂ ਪਿਆਰੀ ਪੋਇਮ ਸੁਣਾਈ ਬੱਚੇ ਨੇ ਥੈਂਕ ਯੂ ਕਲੈਪਿੰਗ ਕਰਿਆ ਕਰੋ ਥੈਂਕ ਯੂ ਬੇਟਾ ਥੈਂਕ ਯੂ ਇਸ ਤੋਂ ਬਾਅਦ ਆਪਾਂ ਗੇਮ ਕਰਾਂਗੇ ਜੀ ਸੋ ਗੇਮ ਇੰਨੀ ਕੁ ਖਤਰਨਾਕ ਹੈ ਉਹ ਆ ਤੁਹਾਨੂੰ ਬੱਚੇ ਦਿਖਾਉਣਾ ਜੀ ਮੈਂ ਆ ਜਾਓ ਆਹ ਦੇਖੋ ਇੱਕ ਬਾਈ ਆ ਸੀ ਇੱਕ ਆ ਸੀ ਅਤੇ ਇੱਕ ਸਰਦਾਰ ਜੀ ਆ ਸੀ ਸੋ ਆਪਣੀ ਗੇਮ ਇਹ ਹੈ ਆ ਜੋ ਨੀਚੇ ਦਿਖਾਈਏ ਤੁਹਾਨੂੰ ਆਹ ਕੁਛ ਫਰੂਟਸ ਪਏ ਨੇ ਇਹਨਾਂ ਨੇ ਫਰੂਟਸ ਖਾਣੇ ਨੇ ਇਹਨਾਂ ਦੇ ਹੱਥ ਪਿੱਛੇ ਹੋਣਗੇ ਸੋ ਜਿਹੜਾ ਸਭ ਤੋਂ ਪਹਿਲਾਂ ਖਾਊਗਾ ਉਹ ਵਿਨਰ ਹੋਊਗਾ ਠੀਕ ਹੈ ਜੀ ਕਲੀਅਰ ਹੈ ਸੋ ਹਾਂਜੀ
ਆ ਜਾਓ ਪੋਜੀਸ਼ਨ ਲੈ ਲਓ ਸਟਾਰਟ ਹਾਂ ਯਾ ਬਾਈ ਆਏ ਹਾਏ ਉਹਦੇ ਕਿਹੜੀ ਕਿਤੇ ਆਪਦਾ ਹੈਗਾ ਉਹ ਆਪਦਾ ਹੈਗਾ ਸਭ ਤੋਂ ਪਹਿਲਾਂ ਇਹ ਫਰੂਟ ਖਤਮ ਕਰਤਾ ਸੀਗਾ ਸੋ ਵੀਰੇ ਕਿੰਨਾ ਕੁ ਸਵਾਦ ਆਇਆ ਖਾ ਕੇ ਬਹੁਤ ਸਵਾਦ ਆਇਆ ਗਰਮੀ ਚ ਖਾਣਾ ਚਾਹੀਦਾ ਹਾਂਜੀ ਖਾਣਾ ਚਾਹੀਦਾ ਨਾ ਵਧੀਆ ਹੁੰਦਾ ਹਾਂਜੀ ਸੋ ਤੇਰਾ ਗਿਫਟ ਚੈੱਕ ਬਰਾਪੇ ਚੈੱਕ ਲਓ ਕਿਆ ਬਾਤ ਆ ਜੀ ਦਿਖਾ ਕੇ ਉੱਧਰ ਹਾਂਜੀ ਥੈਂਕ ਯੂ ਵੀਰੇ ਥੈਂਕ ਯੂ ਆਜੋ ਵੀਰੇ ਆਜੋ ਆ ਵੀਰਾ ਇਹ ਆਪਦਾ ਫਰੂਟ ਖਾ ਰਿਹਾ ਸੀ ਨਾਲੇ ਦੂਜੇ ਨੂੰ ਦੇਖ ਰਿਹਾ ਸੀ ਉਹ ਕਦੋਂ ਦੇਖ ਰਿਹਾ ਸੀ ਨਹੀਂ ਜੀ ਦੇਖ ਰਿਹਾ ਸੀ ਨਹੀਂ ਸਰ ਜੀ ਨਾ ਦੇਖ ਰਿਹਾ ਸੀਗਾ ਇਹ ਐਂ ਦੇਖ ਰਿਹਾ ਸੀ ਕਿ ਮੇਰੇ ਤੋਂ ਪਹਿਲਾਂ ਤਾਂ ਨਹੀਂ ਕਿਤੇ ਖਾ ਰਿਹਾ ਉਹ ਹਾਂਜੀ ਆਪਣਾ ਕੀ ਬਣਿਆ ਦੋ ਕੁ ਬੁਰਕੀਆਂ ਰਹਿਗੀਆਂ ਸੀ ਜੀ ਦੋ ਕੁ ਬੁਰਕੀਆਂ ਰਹਿੰਦੀਆਂ ਸੀ ਹਾਂਜੀ ਆਪਣਾ ਠੀਕ ਸੀ ਬਸ ਫਿੱਕਾ ਸੀ ਕਿ ਮਿੱਠਾ ਸੀ ਕੰਪੋਨੈਂਟ ਭੈੜਾ ਸੀ ਕੰਪੋਨੈਂਟ ਓਪੋਨੈਂਟ ਵਾਲਾ ਭੈੜਾ ਸੀ ਕੰਪੀਟੀਟਰ ਥੈਂਕ ਯੂ ਪੰਜ ਚਾਰ ਬੱਚੇ ਬੁਲਾਏ ਨੇ ਜੀ ਸੋ ਇਹਨਾਂ ਵਰਗੀ ਚੀਜ਼ ਲੈ ਕੇ ਆਵਾਂਗੇ ਆਪਾਂ ਇੱਕ ਠੀਕ ਹੈ ਕੀ ਲੈ ਕੇ ਆਵਾਂਗੇ ਆਪਾਂ ਬੇਟੇ ਇਹ ਗੇਮ ਸਭ ਤੋਂ ਇੰਟਰਸਟਿੰਗ ਗੇਮ ਹੈ ਠੀਕ ਹੈ ਇੰਜੋਏ ਕਰਨਾ ਗੇਮ ਪਤਾ ਕੀ ਹੈ ਇਹ ਗੁਬਾਰੇ ਆਪਾਂ ਨੀਚੇ ਗੇਰਾਂਗੇ ਇਹ ਤੁਹਾਨੂੰ ਉੱਪਰ ਜੰਪ ਮਾਰ ਕੇ ਭੰਨਣੇ ਨੇ ਸਮਝ ਗਏ ਕਿਵੇਂ ਸਰ ਇਹਨਾਂ ਦੇ ਉੱਤੇ ਛਾਲ ਮਾਰ ਕੇ ਫੁੱਟ ਰਹੇ ਹਾਂ ਹੱਥ ਨਾਲ ਜਾਂ ਪੈਰ ਨਾਲ ਹੀ ਭੰਨਣੇ ਠੀਕ ਹੈ ਰੈਡੀ 1 2 3 ਸਟਾਰਟ ਹੋ ਜਾਓ ਬਾਈ ਸ਼ੁਰੂ ਚੱਲ ਉਹ ਬਹਿ ਕੇ ਪੈਰ ਨਾਲ ਨਹੀਂ ਬਹਿ ਕੇ ਭੰਨਣੇ ਨੇ ਵੈਰੀ ਗੁੱਡ ਚੱਲ ਉਹ ਚੱਲ ਵੈਰੀ ਗੁੱਡ ਓਹੋ ਚੱਲ ਆਪਾਂ ਚੱਲ ਵੈਰੀ ਗੁੱਡ ਆ ਰਹੇ ਗਿਆ ਓ ਵੈਰੀ ਗੁੱਡ ਚੱਲ ਆਓ ਰਹਿ ਗਿਆ ਕਰੇ ਗਿਆ ਪੰਨੋ ਵੈਰੀ ਗੁੱਡ ਆ ਜਾਓ ਵੱਧ ਕਿੰਨੇ ਭੰਨੇ ਨੇ ਆਪਾਂ ਕਿੰਨੇ ਭੰਨੇ ਨੇ ਚਾਰ ਆਪਾਂ ਤਿੰਨ ਪਤਾ ਨਹੀਂ ਕਿੰਨੇ ਇੱਕ ਭੰਨੇ ਨੀ ਆਪਾਂ ਕਿੰਨੇ ਭੰਨੇ ਨੇ ਚਾਰ ਸੋਏ ਵੀਰੇ ਨੇ ਚਾਰ ਗੁਬਾਰੇ ਭੰਨੇ ਨੇ ਜੀ ਸੋਏ ਵੀਰੇ ਨੂੰ ਮਿਲਦਾ ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ ਥੈਂਕ ਯੂ ਬੇਟਾ ਥੈਂਕ ਯੂ ਸੋ ਮਚ ਹਾਂਜੀ ਚਲੋ ਜੀ ਸਕੂਲ ਦੇ ਵਿੱਚ ਪੂਰਾ ਨਜ਼ਾਰਾ ਆ ਰਿਹਾ ਸੋ ਹੁਣ ਇਸ ਤੋਂ ਬਾਅਦ ਆਪਾਂ ਟੀਚਰਸ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਚਲੋ ਜੀ ਹੁਣ ਸਾਡੇ ਨਾਲ ਸਕੂਲ ਦੀ ਸਾਰੀ ਮੈਨੇਜਮੈਂਟ ਖੜੀ ਹੈ ਸੋ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਐਮਡੀ ਮੈਮ ਨਾਲ ਗੱਲ ਕਰਦੇ ਹਾਂ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ MHONE ਦੀ ਟੀਮ ਤੁਹਾਡੇ ਸਕੂਲ 'ਚ ਵਿੱਚ ਆਈ ਹੈ ਤੁਹਾਨੂੰ ਕਿਵੇਂ ਲੱਗਿਆ ਜੀ ਬਹੁਤ ਵਧੀਆ ਲੱਗਿਆ MHONE ਦੀ ਟੀਮ ਦੇ ਬੋਇਜ਼ ਬਹੁਤ ਜ਼ਿਆਦਾ ਮਿਹਨਤੀ ਬੱਚੇ ਨੇ ਬੜਾ ਹੀ ਪਿਆਰਾ ਇਹਨਾਂ ਨੇ ਪ੍ਰੋਗਰਾਮ ਸ਼ੂਟ ਕੀਤਾ ਮੈਨੂੰ ਲੱਗਦਾ ਕਿ ਇਸ ਦੇ ਨਾਲ ਇਹਨਾਂ ਬੱਚਿਆਂ ਦੀ ਮਿਹਨਤ ਨੂੰ ਦੇਖ ਕੇ ਸਾਡੇ ਬੱਚੇ ਵੀ ਕੁਝ ਸਿੱਖਣਗੇ ਔਰ ਇਸ ਸਾਰੀ ਚੀਜ਼ ਨੂੰ ਮੈਂ ਇੱਕ ਛੋਟੀ ਜਿਹੀ 2 ਲਾਈਨਾਂ ਦੀ ਪੋਇਮ ਦੇ ਵਿੱਚ ਸਮ ਅਪ ਕਰੂੰਗੀ ਜੋ ਮੈਂ ਆਪਣੇ ਸਟਾਫ ਨੂੰ ਡੈਡੀਕੇਟ ਕਰ ਰਹੀ ਹਾਂ ਅਕੇਲੇ ਹਮ ਬੂੰਦ ਹੈ ਮਿਲ ਜਾਏ ਤੋ ਸਾਗਰ ਹੈ ਅਕੇਲੇ ਹਮ ਧਾਗਾ ਹੈ ਮਿਲ ਜਾਏ ਤੋ ਚਾਦਰ ਹੈ ਅਕੇਲੇ ਹਮ ਕਾਗਜ਼ ਹੈ ਮਿਲ ਜਾਏ ਤੋ ਕਿਤਾਬ ਹੈ ਅਕੇਲੇ ਹਮ ਅਲਫਾਜ਼ ਹੈ ਮਿਲ ਜਾਏ ਤੋ ਸੁੰਦਰ ਰਚਨਾ ਹੈ ਅਕੇਲੇ ਹਮ ਈਂਟ ਪੱਥਰ ਹੈ ਮਿਲ ਜਾਏ ਤੋ ਇਮਾਰਤ ਹੈ ਅਕੇਲੇ ਹਮ ਦੁਆ ਹੈ ਮਿਲ ਜਾਏ ਤੋ ਇਬਾਦਤ ਹੈ ਥੈਂਕ ਯੂ ਮੈਮ ਮੈਮ ਜੀ ਬਹੁਤ ਸੋਹਣੀ ਕਵਿਤਾ ਸੁਣਾਈ ਸੋ ਇਸ ਤੋਂ ਬਾਅਦ ਪ੍ਰਿੰਸੀਪਲ ਮੈਮ ਨਾਲ ਗੱਲਬਾਤ ਕਰਦੇ ਹਾਂ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਸਕੂਲ ਬਾਰੇ ਸਾਨੂੰ ਥੋੜ੍ਹਾ ਦੱਸੋ ਜੀ ਸਕੂਲ ਬਾਰੇ ਹਾਂਜੀ ਮੇਰਾ ਸਕੂਲ ਜਿਹੜਾ ਦੂਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਰਾੜਵਾਲਾ ਇਹ 2003 ਤੋਂ ਇਸਟੈਬਲਿਸ਼ਡ ਆ ਔਰ ਪਲੱਸ 2 ਤੱਕ ਸਕੂਲ ਆ ਸੋ ਸਾਰੇ ਟੀਚਰਸ ਵੱਲੋਂ ਡਿਮਾਂਡ ਆਈ ਹੈ ਜੀ ਕਹਿੰਦੇ ਪ੍ਰਿੰਸੀਪਲ ਮੈਡਮ ਗਾਣਾ ਸੁਣਾਉਣਗੇ ਸੁਣ ਲਈਏ ਜੀ ਹਾਂਜੀ ਸੋ ਪ੍ਰਿੰਸੀਪਲ ਮੈਮ ਗਾਣਾ ਸੁਣਾਉਣਗੇ ਹਾਂਜੀ ਮੈਮ ਵਿਮੁੜਿਆ ਲਾਮਾ ਤੋਂ ਸਾਨੂੰ ਕਰੇ ਬੜਾ ਰੁਜ਼ਗਾਰ ਕਣਕਾਂ ਨਿਸਰ ਪਈਆਂ ਕਰੇ ਆਖੇ ਛਾਤੀ ਮਾਰੇ ਮੁੜਿਆ ਲਾਮਾ ਤੋਂ ਵਿਮੁੜਿਆ ਲਾਮਾ ਤੋਂ ਸਾਨੂੰ ਕਰੇ ਬੜਾ ਰੁਜ਼ਗਾਰ ਕਣਕਾਂ ਨਿਸਰ ਪਈਆਂ ਕਰੇ ਆ ਕੇ ਛਾਤੀ ਮਾਰੇ ਮੁੜਿਆ ਲਾਮਾ ਤੋਂ
थैंक यू मैम। चलो जी स्कूल के साढ़े राउंड का पूरी लगे थे जेकर तुम चाहो थोड़े स्कूल के आइए गल्ला बातें करिए इस तरह हाथी में खोल करिए सानू मैसेज करो अभी थोड़े स्कूल के आवेंगे इंजॉय करा गेम करा पूरी गल्ला बातें करा तो क्योंकि नज़ारा पूरा लेने आज पिछले देख लो